ਹੈਲੋ ਸਟੂਡੈਂਟਸ ਅੱਜ ਆਪਾਂ ਗੱਲ ਕਰਨੀ ਹੈ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਬਾਰੇ ਜੋ ਫਿਜ਼ੀਕਲ ਐਜੂਕੇਸ਼ਨ ਦਾ ਇਤਿਹਾਸ ਹੈ ਚਾਹੇ ਉਹ ਇੰਡੀਆ ਦੇ ਵਿੱਚ ਹੈ ਚਾਹੇ ਬਾਹਰਲੀਆ ਕੰਟਰੀਜ਼ ਦੇ ਵਿੱਚ ਹੈ ਫਿਜ਼ੀਕਲ ਐਜੂਕੇਸ਼ਨ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਿੱਥੋਂ ਹੋਣ ਦੇ ਵਿੱਚ ਆਈ ਆਪਾਂ ਉਸ ਦੇ ਬਾਰੇ ਅੱਜ ਸਾਰੀ ਵਿਚਾਰ ਚਰਚਾ ਕਰਨੀ ਹੈ ਠੀਕ ਹੈ ਬਈ ਤੇ ਫਸਟ ਆਫ ਆਲ ਜਿਹੜੇ ਬੱਚਿਆਂ ਨੇ ਸਕਾਈ ਲਾਈਟ ਅਕੈਡਮੀ ਦਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਤੋਂ ਜਲਦੀ ਆ ਜਿਹੜੇ ਉਹ ਪਹੁੰਚ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਸਟੂਡੈਂਟ ਨਵੇਂ ਹੋਣਗੇ ਅੱਛਾ Play Store ਦੇ ਉੱਪਰ Skylight Academy Abhor ਦੇ ਨਾਮ ਦੀ ਐਪ ਬਣੀ ਹੋਈ ਹੈ ਬਈ スカイライト アカデਮੀ ਬੋਰ ਦੇ ਨਾਮ ਦੀ ਐਪ ਹੈ ਤੁਸੀਂ ਉਹ ਐਪ ਨੂੰ ਪਰਚੇ ਐਪ ਨੂੰ ਵੀ ਲੈ ਸਕਦੇ ਹੋ ਠੀਕ ਹੈ ਪਲੇ ਸਟੋਰ ਦੇ ਉੱਪਰੋਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਤੇ ਐਪ ਡਾਊਨਲੋਡ ਕਰਕੇ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਈ ਫਾਰ ਪੇਡ ਕੋਰਸਸ ਪੇਡ ਕੋਰਸੇ ਲਈ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਤਾਂ ਜੋ ਜੋ ਕਨਸੈਪਟ ਰਹਿ ਜਾਂਦੇ ਹਨ ਉਹ ਤੁਹਾਨੂੰ ਕਲੀਅਰ ਹੋ ਜਾਣ ਠੀਕ ਹੈ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਠੀਕ ਹੈ ਜਿਆਦਾ ਤੋਂ ਜਿਆਦਾ ਜਿਹੜੀ ਜਾਣਕਾਰੀ ਆਉ ਲੈ ਸਕਦੇ ਹੋ ਤੇ ਆਪਣੇ ਕਨਸੈਪਟ ਕਲੀਅਰ ਕਰ ਸਕਦੇ ਹੋ ਕਿਉਂਕਿ ਸਮਾਂ ਬਹੁਤ ਥੋੜਾ ਹੈ ਸਮਾਂ ਬਹੁਤ ਥੋੜਾ ਹੈ ਤਾਂ ਜੋ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਨੋਟੀਫਿਕੇਸ਼ਨ ਆ ਗਿਆ ਤੇ ਕਦੋਂ ਪੇਪਰ ਹੋਣ ਲੱਗ ਗਿਆ ਇਸ ਲਈ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਹੀ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ ਅੱਛਾ ਜਿਹੜੇ ਬੱਚਿਆਂ ਜੁੜਨਾ ਚਾਹੁੰਦੇ ਹਨ ਸਾਡੇ ਟੈਲੀਗ੍ਰam ਚੈਨਲ ਦੇ ਨਾਲ ਸਕਾਈਲਾਈਟ ਅਕੈਡਮੀ ਦੇ ਨਾਮ ਤੇ ਟੈਲੀਗ੍ਰam ਚੈਨਲ ਹੈ ਜਿਹੜੇ ਸਟੂਡੈਂਟ ਉਸ ਦੇ ਨਾਲ ਜੁੜਨਾ ਚਾਹੁੰਦੇ ਆ ਐਡ ਦਾ ਰੇਟ ਸਕਾਈਲਾਈਟ ਅਕੈਡਮੀ ਦੇ ਲਿੰਕ ਤੋਂ ਤੁਸੀਂ ਉਸ ਦੇ ਨਾਲ ਜੁਆਇਨ ਕਰ ਸਕਦੇ ਹੋ ਉਸ ਦੇ ਵਿੱਚ ਫ੍ਰੀ ਸਟਡੀ ਮਟੀਰੀਅਲ ਵੀ ਤੁਹਾਨੂੰ ਮਿਲ ਜਾਣਾ ਹੈ ਠੀਕ ਹੈ ਕੁਝ ਪੀਡੀਐਫਸ ਕੁਝ ਕੁਐਸਚਨਸ ਤੁਹਾਨੂੰ ਮਿਲ ਸਕਦੇ ਹਨ ਠੀਕ ਹੈ ਇਸ ਕਰਕੇ ਤੁਸੀਂ ਇਸ ਨੂੰ ਵੀ ਜੁਆਇਨ ਕਰ ਸਕਦੇ ਹੋ ਅਜਾ ਫਸਟ ਆਫ ਆਲ ਆਪਣਾ ਜਿਹੜਾ ਬੈਚ ਹੈ ਸਪੈਸ਼ਲ ਬੈਚ ਫਾਰ ਫਿਜ਼ੀਕਲ ਐਜੂਕੇਸ਼ਨ ਚਾਹੇ ਪੀਟੀਆਈ ਹੋਵੇ ਪੀਟੀਆਈ ਹੋਣ ਚਾਹੇ ਡੀਪੀਈ ਹੋਣ ਠੀਕ ਹੈ ਚਾਹੇ ਲੈਕਚਰਰ ਹੋਵੇ ਆਪਣਾ ਜਿਹੜਾ ਇਹ ਸਪੈਸ਼ਲ ਬੈਚ ਆ ਸਾਰਿਆਂ ਲਈ ਬਹੁਤ ਮਹੱਤਵਪੂਰਨ ਬੈਚ ਹੈ ਕਿਉਂਕਿ ਡੀਪ ਕਨਸੈਪਟ ਆ ਜਿਹੜੇ ਆਪਾਂ ਕਲੀਅਰ ਕਰਾ ਰਹੇ ਆ ਸਭ ਤੋਂ ਪਹਿਲਾਂ ਸਾਹਮਣੇ ਤੁਹਾਡੇ ਮੇਜ ਹੈ ਗ੍ਰੀਕ ਤੋਂ ਗੱਲ ਕਰਨੀ ਆਪਾਂ ਗ੍ਰੀਕ ਤੋਂ ਗੱਲ ਸ਼ੁਰੂ ਕਰਨੀ ਹੈ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕਰਨੀ ਹੈ ਸਰੀਰਕ ਸਿੱਖਿਆ ਦਾ ਇਤਿਹਾਸ ਇੰਡੀਆ ਦੇ ਵਿੱਚ ਸਿੱਖਿਆ ਦਾ ਕੀ ਇਤਿਹਾਸ ਹੈ ਤੇ ਬਾਹਰਲੀਆ ਕੰਟਰੀਜ਼ ਦੇ ਵਿੱਚ ਸਰੀਰਕ ਸਿੱਖਿਆ ਦਾ ਕੀ ਇਤਿਹਾਸ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਗ੍ਰੀਕ ਦੀ ਠੀਕ ਹੈ ਗ੍ਰੀਕ ਦੀ ਗੱਲ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ-ਅੱਗੇ ਅਲੱਗ-ਅਲੱਗ ਜਿਹੜੇ ਦੇਸ਼ਾਂ ਜਿਹਨੇ ਦੇਸ਼ਾਂ ਨੇ ਪਰਫੁੱਲਿਤ ਕੀਤਾ ਫਿਜ਼ੀਕਲ ਐਜੂਕੇਸ਼ਨ ਨੂੰ ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਨੀ ਹੈ ਠੀਕ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਜੀ ਗ੍ਰੀਕ ਗ੍ਰੀਕ ਡਵੈਲਪਸ ਆਰਟ ਅਸਟ੍ਰੋਲੋਜੀ ਫਿਲਾਸਫੀ ਤੇ ਡਰਾਮਾ ਪੋਇਟਰੀ 뮤직 ਐਜੂਕੇਸ਼ਨ ਮੈਡੀਸਨ ਤੇ ਫਿਜ਼ੀਕਲ ਐਜੂਕੇਸ਼ਨ ਸਪੋਰਟਸ ਅੱਛਾ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਜਿਹੜੀ ਗ੍ਰੀਕ ਕੰਟਰੀ ਸੀ ਗ੍ਰੀਕ ਕੰਟਰੀ ਸੀ ਉਹ ਆਰਟ ਦੇ ਨਾਲ 8 ਡਰਾਇੰਗ ਹੋ ਗਿਆ 8 ਦੇ ਨਾਲ ਅਲਟਿਓਲੋਜੀਸ ਦੇ ਨਾਲ ਫਲੋਸਫੀਜ਼ ਫਲੋਸਫੀਜ਼ ਦੇ ਨਾਲ ਡਰਾਮਾ ਡਰਾਮਾ ਹੁੰਦਾ ਸੀ ਉਸ ਸਮੇਂ ਤੇ ਡਰਾਮੇ ਦੇ ਨਾਲ ਪੋਇਟਰੀ ਕਵਿਤਾ ਦੇ ਨਾਲ ਠੀਕ ਹੈ 뮤జిక్ ਹੋ ਗਿਆ ਕੋਈ ਗੀਤ ਗਾਇਨ ਹੋ ਗਿਆ ਤੇ ਮੈਡੀਸਨ ਉਹ ਇਹਨਾਂ ਚੀਜ਼ਾਂ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਤੇ ਫਿਜ਼ੀਕਲ ਐਜੂਕੇਸ਼ਨ ਤੇ ਸਪੋਰਟਸ ਦੇ ਅ ਵਿਸ਼ੇਸ਼ ਆਪਾਂ ਨੂੰ ਗ੍ਰੀਕ ਕੰਟਰੀ ਦੇ ਉਹਨਾਂ ਦੇ ਵਿੱਚੋਂ ਵੀ ਮਿਲਦੇ ਠੀਕ ਹੈ ਜੀ ਦਾ ਹਿਸਟਰੀ ਆਫ ਫਿਜ਼ੀਕਲ এডੂਕੇਸ਼ਨ ਇਨ ਗ੍ਰੀਕ ਕੈਨ ਬੀ ਡਿਵਾਈਡਡ ਇਨਟੂ 4 ਪਾਰਟਸ ਗ੍ਰੀਕ ਦੀ ਜਿਹੜੀ ਫਿਜ਼ੀਕਲ এডੂਕੇਸ਼ਨ ਹੈ ਉਹਨੂੰ ਆਪਾਂ 4 ਭਾਗਾਂ ਦੇ ਵਿੱਚ ਬਈ 4 ਭਾਗਾਂ ਦੇ ਵਿੱਚ ਮੰਨਦੇ ਆ ਉਹ ਜਿਹੜੇ ਵੱਖਰੇ ਵੱਖਰੇ ਭਾਗ ਹੈਗੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰ ਲੈਣੀ ਆ ਹੋਮੈਰਿਕ ਪੀਰੀਅਡ ਠੀਕ ਹੈ ਸਪਾਰਟਨ ਪੀਰੀਅਡ अर्ਲੀ ਏਥਨਸ ਪੀਰੀਅਡ ਲੇਟਰ ਏਥਨ ਪੀਰੀਅਡ ਠੀਕ ਹੈ ਇਹਨਾਂ ਦੇ ਪੰਜਾਬੀ ਦੇ ਵਿੱਚ ਵੀ ਇਹੀ ਨਾਮ ਹੈ ਹਮੈਰੀ ਕੀ ਹੈ ਠੀਕ ਹੈ ਸਪਾਰਟਨ ਦਾ ਪੰਜਾਬੀ ਚ ਵੀ ਸਪਾਰਟਨ ਹੀ ਹੈ ਤੇ अर्ਲੀ ਏਥንስ ਪੀਰੀਅਡ ਠੀਕ ਹੈ ਉਹਨਾਂ ਤੋਂ अर्ਲੀ ਏਥንስ ਤੋਂ ਬਾਅਦ ਉਹ ਏਥንስ ਤੋਂ ਪਹਿਲਾ ਵਾਲਾ ਪੀਰੀਅਡ ਤੇ ਏਥንስ ਤੋਂ ਬਾਅਦ ਵਾਲਾ ਪੀਰੀਅਡ ਜਿਹਨੂੰ ਆਪਾਂ 골ਡਨ ਪੀਰੀਅਡ ਵੀ ਕਹਿੰਦੇ ਹਾਂ ਕਿਹੜਾ ਪੀਰੀਅਡ ਕਹਿੰਦੇ ਹਾਂ 골ਡਨ ਪੀਰੀਅਡ ਵੀ ਬੋਲਦੇ ਹਾਂ ਜਿਹਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਬਹੁਤ ਹੀ ਵਸਤਵ ਤਰੀਕੇ ਨਾਲ ਜਿਹੜੀ ਆਪਦੀ ਜਗ੍ਹਾ ਬਣਾ ਚੁੱਕੀ ਸੀ ਉਹ ਸੀਗਾ 골ਡਨ ਪੀਰੀਅਡ ਠੀਕ ਆ ਸਮੇਂ ਲੱਗ ਰਹੀ ਹੈ ਤੁਹਾਨੂੰ ਤੇ ਤੁਸੀਂ ਦੱਸਣਾ ਹੈ ਬਈ ਇਹ ਗੱਲ ਕੀਤੀ ਆਪਾਂ ਗ੍ਰੀਕ ਦੀ ਗ੍ਰੀਕ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਕੀ ਸੀ ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਨੂੰ ਚਾਰ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹਮੈਰਿਕ ਪੀਰੀਅਡ ਸਪਾਰਟਨ ਪੀਰੀਅਡ अर्ਲੀ ਇਥਨਸ ਪੀਰੀਅਡ ਤੇ ਲੇਟਰ ਇਥਨਸ ਪੀਰੀਅਡ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਹੋਮੈਰਿਕ ਪੀਰੀਅਡ ਹੋਮੈਰਿਕ ਪੀਰੀਅਡ ਦੀ ਗੱਲ ਕਰਾਂਗੇ ਆਪਾਂ ਹੋਮਰ ਦਾ ਬਲਾਈਂਡ ਪੋਟ ਰੋਟ ਟੂ ਫੇਮਸ ਐਪਿਕਸ ਐਲਿਡ ਐਂਡ ਓਸਾਡੀ ਐਲਿਡ ਤੇ ਓਸਾਡੀ ਨਾਂ ਦੇ ਦੋ ਫੇਮਸ ਰਾਈਟਰ ਸੀਗੇ ਜਿਹੜੇ ਬਲਾਈਂਡ ਪੋਇਟ ਸੀਗੇ ਨੇਤਰਹੀਣ ਨੇਤਰਹੀਣ ਸੀਗੇ ਜਿਹੜੇ ਨੇਤਰਹੀਨਸਗੇ ਅਲਾਈਟ ਲਾਈਡ ਤੇ ਉਸਦੀ ਇਹ ਵਿਗਿਆਨਿਕ ਲਾ ਲੋ ਖੋਜ ਕਰਤਾ ਲਾ ਲੋ ਤੇ ਥੱਲੇ ਤੁਹਾਨੂੰ ਜਿਹੜੀ ਤਸਵੀਰ ਦਿਖ ਰਹੀ ਹੈ ਇਹ ਹੈ ਹਿਪੋਕ੍ਰੇਟਸ ਦੀ ਹਿਪੋਕ੍ਰੇਟਸ ਇਨਾਂ ਤੋਂ ਆਪਣਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਇਤਿਹਾਸ ਦਾ ਆਪਾਂ ਨੂੰ ਪਤਾ ਲੱਗਦਾ ਉਸ ਤੋਂ ਬਾਅਦ ਏਮ ਆਫ ਐਜੂਕੇਸ਼ਨ ਵਾਸ ਪ੍ਰੋਡਿਊਸ men of action ਐਂਡ men of wisdom ਏਮ ਕੀ ਸੀ ਉਸ ਸਮੇਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਏਮ ਸੀ men of wisdom ਵਿਅਕਤੀ ਦੀ ਆਜ਼ਾਦੀ ਤੇ ਵਿਅਕਤੀ ਦਾ ਜਿਹੜਾ ਐਕਸ਼ਨ ਹੈ ਵਿਅਕਤੀ ਦਾ ਜਿਹੜਾ ਕੰਮ ਹੈ ਉਹਦੇ ਨਾਲ ਸਬੰਧ ਰੱਖਦੀ ਸੀ نیچے ਤੁਸੀਂ ਤਸਵੀਰ ਦੇਖ ਸਕਦੇ ਹੋ ਹਿਪੋਕ੍ਰੇਟਸ ਦੀ ਹੈ ਠੀਕ ਹੈ ਇਹ ਹਿਮੈਰਿਕ ਪੀਰੀਅਡ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਸਭ ਤੋਂ ਪਹਿਲਾ ਪੀਰੀਅਡ ਸੀ ਠੀਕ ਹੈ ਬਈ ਨੈਕਸਟ ਆਪਾਂ ਗੱਲ ਕਰਨੀ ਆ ਬਈ ਸਪਾਰਟਨ ਪੀਰੀਅਡ ਦੀ ਸਪਾਰਟਨ ਸਪਾਰਟਨ ਪੀਰੀਅਡ ਦੀ ਗੱਲ ਕਰਾਂਗੇ ਸਪਾਰਟਨ ਪੀਰੀਅਡ ਜਦੋਂ ਆ ਗਿਆ ਸੀ ਸਪਾਰਟਨ ਐਜੂਕੇਸ਼ਨ ਏਮ ਟੂ ਪ੍ਰੋਡਿਊਸ men of the action ਇਹਦੇ ਵਿੱਚ ਵੀ ਗੱਲ ਕੀਤੀ ਗਈ ਸੀ men of the action ਦੀ ਕਿ ਵਿਅਕਤੀ ਕੰਮ ਕੀ ਕਰਦਾ ਵਿਅਕਤੀ ਕੰਮ ਕੀ ਕਰਦਾ ਆਲਸੋ ਨੋਨ ਇਸ ਕਲਾਸਿਕਲ ਏਜ ਇਹਨੂੰ ਹੋਰ ਕੀ ਬੋਲਦੇ ਆ ਕਲਾਸਿਕਲ ਏਜ ਵੀ ਬੋਲਦੇ ਆ ਸਪਾਰਟਨ ਪੀਰੀਅਡ ਨੂੰ ਕਲਾਸਿਕਲ ਏਜ ਵੀ ਬੋਲਦੇ ਆ ਜਿਹੜੀ ਹਿਸਟਰੀ ਆ ਹਿਸਟਰੀ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਤਾਂ ਜੋ ਜਦੋਂ ਵੀ ਕੁਐਸਚਨ ਪੁੱਛਿਆ ਜਾਵੇ ਕਿਹੜੇ ਪੀਰੀਅਡ ਦੇ ਵਿੱਚ ਕੀ ਦੀ ਗੱਲ ਹੋਈ ਤੇ ਕਿਹੜੇ ਪੀਰੀਅਡ ਦੇ ਵਿੱਚ ਕਿਹੜੇ ਖੋਜਾਰਥੀ ਨੇ ਖੋਜ ਕੀਤੀ ਜਾਂ ਕਿਹੜੇ ਵਿਗਿਆਨੀ ਨੇ ਖੋਜ ਕੀਤੀ ਆਲਸੋ ਨੋਨ ਏਜ ਕਲਾਸਿਕਲ ਏਜ ਉਸ ਤੋਂ ਬਾਅਦ ਇਟ ਵਾਸ ਆਲਸੋ ਨੋਨ ਏਜ ਟੋਟਲਿਅਨ ਠੀਕ ਹੈ ਉਸ ਤੋਂ ਬਾਅਦ ਨੈਸ਼ਨਲਿਸਟ ਐਂਡ ਵਾਰੀਅਰ ਨੈਸ਼ਨਲਿਸਟ ਤੇ ਵਾਰੀਅਰ ਦੀ ਆਜ਼ਾਦੀ ਵਾਲਿਆਂ ਦੀ ਗੱਲ ਕੀਤੀ ਹੈ ਹੈਲਦੀ ਚਾਈਲਡ ਲਿਵਡ ਥੇਅਰ ਪੇਰੈਂਟਸ ਅਪ ਟੂ ਏਜ 7 ਇਅਰ ਜਿਹੜੇ ਹੈਲਦੀ ਚਾਈਲਡ ਹੁੰਦੇ ਸਿਹਤਮੰਦ ਬੱਚੇ 7 ਸਾਲ ਦੀ ਉਮਰ ਤੱਕ ਪੇਰੈਂਟਸ ਦੇ ਨਾਲ ਰਹਿੰਦੇ ਠੀਕ ਹੈ ਅਬਨਾਰਮਲ ਚਾਈਲਡ ਥ्रो ਫਰੋਮ ਦਾ ਮਾਊਂਟੇਨ ਮਾਊਂਟੇਨ ਦੇ ਉੱਤੇ ਭੇਜ ਦਿੱਤਾ ਜਾਂਦਾ ਜਿਹੜੇ ਅਬਨਾਰਮਲ ਹੁੰਦੇ ਆ ਬੱਚੇ ਉਹਨਾਂ ਨੂੰ ਮਾਊਂਟੇਨਸ ਦੇ ਉੱਤੇ ਦੇ ਦਿੱਤਾ ਜਾਂਦਾ ਗੱਲ ਕਰ ਰਹੇ ਆ ਆਪਾਂ ਸਪਾਰਟਨ ਦੀ ਆਈ ਹੋਪ ਯੂ ਅੰਡਰਸਟੈਂਡ ਜਿੰਨੇ ਵੀ ਬੱਚੇ ਜੁੜ ਚੁੱਕੇ ਹੋ ਲਾਈਵ ਸੈਸ਼ਨ ਨੂੰ ਸ਼ੇਅਰ ਜਰੂਰ ਕਰ ਦਿਓ ਬਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਨੈਕਸਟ ਹੈ ਬਈ ਫਾਰਮਲ ਐਜੂਕੇਸ਼ਨ ਸਿਸਟਮ ਕਾਲ ਅਗੋਗੇ which is surprisd by paedanomus paedanomus ਅਗੋਗੇ ਸ਼ਬਦ ਹੈ ਜਿਹੜਾ ਇਹ ਤੁਸੀਂ ਪੜ੍ਹ ਵੀ ਸਕਦੇ ਹੋ ਡੀਪ ਦੇ ਵਿੱਚ ਅਸੈਂਸ਼ੀਅਲ ਬੁੱਕ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਪੈਡੋਨੋਮਸ ਪੈਡੋਨੋਮਸ ਸੀ ਭਈ ਉਸ ਟਾਈਮ ਦੇ ਵਿੱਚ ਸੁਪਰਵਾਈਜ਼ਡ ਕਰਦੇ ਸੀਗੇ ਅਗੋਗੇ ਨੂੰ ਸਾਰੇ ਫਾਰਮਲ ਐਜੂਕੇਸ਼ਨ ਸਿਸਟਮ ਨੂੰ ਕੀ ਕਿਹਾ ਜਾਂਦਾ ਸੀ ਅਗੋਗੇ ਠੀਕ ਹੈ ਉਸ ਤੋਂ ਬਾਅਦ ਪਲੇ ਗਰਾਉਂਡ ਆਫ ਸਪਾਰਟਨ ਕਾਲਡ ਪਹਿਲਾ ਸਟਾਨਥਨ ਪਲਾ ਸਥਾਨਿਤਨ ਪਹਿਲਾ ਨਿਸ਼ਟਨ ਇਹਨਾਂ ਨੂੰ ਬੋਲਿਆ ਜਾਂਦਾ ਸੀਗਾ ਬਈ ਠੀਕ ਆ ਜਿਹੜੇ ਪਲੇਗਰਾਉਂਡ ਸੀ ਸਪਾਰਟਾ ਦੇ ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਆ ਗਿਆ अर्ਲੀ ਏਥਨਸ ਪੀਰੀਅਡ ਏਥਨਸ ਤੋਂ ਪਹਿਲਾਂ ਵਾਲਾ ਪੀਰੀਅਡ ਆ ਗਿਆ ਬਈ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਨੀ ਆ ਏਥਨਸ ਵਾਰ ਦਾ ਡੈਮੋਕ੍ਰੈਟਿਕ ਥੌਟ ਏਥਨਸ ਸੀਗੇ ਜਿਹੜੇ ਉਹਨਾਂ ਦੇ ਡੈਮੋਕ੍ਰੈਟਿਕ ਜਿਹੜੇ ਫ੍ਰੀ ਮਾਈਂਡ ਵਾਲੇ ਆਜ਼ਾਦੀ ਵਾਲੇ ਜਿਹੜੇ ਉਹਨਾਂ ਦੀ ਸੋਚ ਸੀ ਆਫਟਰ 7 ਇਅਰ ਬੁਆਇਜ਼ ਐਂਟਰਡ ਇਨ ਪਲੈਸਟਰਾ ਪਲੈਸਟਰਾ ਕੀ ਆ ਬਈ ਕੁਸ਼ਤੀ ਵਾਲਾ ਸਥਾਨ ਪਲੈਸਟਰਾ ਕੀ ਆ ਕੁਸ਼ਤੀ ਵਾਲਾ ਸਥਾਨ ਠੀਕ ਆ ਸਾਤ ਸਾਲ ਦਾ ਜਿਹੜਾ ਬੱਚਾ ਸੀਗਾ ਉਹਨੂੰ ਪਲੈਸਟਰਾ ਦੇ ਵਿੱਚ ਐਂਟਰਡ ਕਰਾ ਦਿੱਤਾ ਜਾਂਦਾ ਸੀ ਠੀਕ ਹੈ ਬਈ ਪਲੈਸਟਰਾ ਵਾਸ ਸਕੂਲ ਆਫ ਦਾ ਰੈਸਲਿੰਗ ਬਾਕਸਿੰਗ ਜਮਨਾਸਟਿਕ ਆ ਗਈ ਉਹੀ ਗੱਲ ਪਲੈਸਟਰਾ ਕੀ ਆ ਕੁਸ਼ਤੀ ਵਾਲਾ ਥਾਣੇ ਦੇ ਵਿੱਚ ਕੀ ਹੁੰਦਾ ਸੀ ਰੈਸਲਿੰਗ ਬਾਕਸਿੰਗ ਜਮਨਾਸਟਿਕ ਕੁਸ਼ਤੀ ਹੁੰਦੀ ਸੀ ਬਾਕਸਿੰਗ ਹੁੰਦੀ ਸੀ ਤੇ ਜਮਨਾਸਟਿਕ ਹੁੰਦੀ ਸੀ ਠੀਕ ਆ ਉਸ ਤੋਂ ਬਾਅਦ ਡੀਡਾਸਕੇਲੀਅਮ ਡੀਡਾ ਸਕੇਲੀਅਮ ਵਾਜ਼ 뮤직 ਸਕੂਲ ਡੀਡਾ ਸਕੇਲੀਅਮ ਨਾਂ ਦੇ ਗੁੱਡ ਈਵਨਿੰਗ ਜੀ ਅਮਿਤ ਮਹਿਰਾ ਜੀ ਡੀਡਾ ਸਕੇਲੀਅਮ ਸੀਗੇ ਜਿਹੜੇ ਉਹ 뮤직 ਸਕੂਲ ਹੈਗੇ ਸੀਗੇ ਵੀ ਅੱਜ ਆਪਾਂ ਗੱਲ ਕਰ ਰਹੇ ਹਾਂ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਦੀ ਤੇ ਡੀਡਾ ਸਕੇਲੀਅਮ ਸੀਗੇ ਜਿਹੜੇ ਇਹ ਸੀਗੇ 뮤직 ਸਕੂਲ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਫਿਜ਼ੀਕਲ ਐਜੂਕੇਸ਼ਨ ਟੀਚਰ ਵਾਜ ਨੋਨ ਐਜ਼ ਪੈਡੋ ਟ੍ਰਾਈਬ ਫਿਜ਼ੀਕਲ ਐਜੂਕੇਸ਼ਨ ਟੀਚਰ ਨੂੰ ਪੈਡੋ ਟ੍ਰਾਈਬ ਪੈਡੋ ਟ੍ਰਾਈਬ ਬੋਲਦੇ ਸੀਗੇ ਬਈ ਫਿਜ਼ੀਕਲ ਐਜੂਕੇਸ਼ਨ ਟੀਚਰ ਨੂੰ ਠੀਕ ਹੈ अर्ਲੀ ਐਥਨਸ ਪੀਰੀਅਡ ਦੇ ਵਿੱਚ ਠੀਕ ਹੈ ਬਈ ਉਸ ਤੋਂ ਬਾਅਦ ਹੈ ਮੱਦ ਬਾਤ ਇਸ ਫੇਮਸ ਇਨ ਦਾ ਪੀਰੀਅਡ ਮੱਦ ਬਾਤ ਰਿਲੇਟਡ ਵਿਦ ਯੋਗਾ ਯੋਗਾ ਦੇ ਨਾਲ ਰਿਲੇਟਡ ਹੈ ਠੀਕ ਆ ਸਨ ਬਾਤ ਸੋਨਾ ਬਾਤ ਮੱਦ ਬਾਤ ਇਹ ਸਾਰੇ ਯੋਗਾ ਦੇ ਨਾਲ ਰਿਲੇਟਡ ਹੈ ਤੇ अर्ली एथेंस पीरियड ਦੇ ਵਿੱਚ ਵੀ ਇਹਨਾਂ ਨੂੰ ਅਪਣਾਇਆ ਜਾਂਦਾ ਸੀ ਕਿਉਂਕਿ ਉਹਨਾਂ ਦੇ ਅਵਿਸ਼ੇ ਸਭ ਤੋਂ ਪੁਰਾਣੀ ਕਲਾ ਹੀ ਯੋਗ ਹੈ ਠੀਕ ਹੈ ਉਸ ਤੋਂ ਬਾਅਦ ਹੈ द फोर نیشنل ਐਥਲੀਟਸ ਕੰਟੈਸਟ ਕਾਲਡ ਪੈਨ ਹੈਂਗਲਿੰਗ ਗੇਮਸ ਜਿਹੜੀਆਂ ਉਹਨਾਂ ਨੇ ਗੇਮਸ ਕਰਾਈਆਂ ਸੀ ਐਥਲੈਟਿਕਸ ਦੀਆਂ ਕੰਟੈਸਟ ਕਰਵਾਏ ਸੀ ਉਹਨਾਂ ਨੂੰ ਪੈਨ ਹੈਂਗਲਿੰਗ ਗੇਮ ਬੋਲਦੇ ਆ ਪੈਨ ਹੈਂਗਲਿੰਗ ਹੈਂਗਲਿੰਗ ਗੇਮਸ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੀ ਪੈਨ ਹੈਂਗਲਿੰਗ ਗੇਮਸ ਬੋਲਦੇ ਆ ਪਹਿਲਾਂ ਆਪਾਂ ਗੱਲ ਕੀਤੀ ਹੁਮੈਰਿਕ ਪੀਰੀਅਡ ਦੀ ਉਸ ਤੋਂ ਬਾਅਦ ਆਪਾਂ ਗੱਲ ਕੀਤੀ अर्ਲੀ ਇਥਨਸ ਪੀਰੀਅਡ ਦੀ ਤੇ ਨੈਕਸਟ ਆਪਾਂ ਚੱਲਦੇ ਆਂ ਬਈ 올림픽ਸ ਗੇਮ ਤੇ ਅੱਜ ਵੇਰੀ ਵੈਰੀ ਇੰਪੋਰਟੈਂਟ ਠੀਕ ਹੈ ਇੱਥੇ ਤੁਸੀਂ ਪੁਰਾਣੀਆਂ ਕਰ ਲੋ ਪੁਰਾਣੀਆਂ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਤੁਹਾਡੇ ਵਾਸਤੇ ਹੈਲਡ ਇਨ ਕਦੋਂ ਸ਼ੁਰੂ ਹੋਈਆਂ 776 ਬੀਸੀ ਦੇ ਵਿੱਚ ਇਨ ਅਗਸਟ ਫਾਰ 5 ਡੇਸ ਦੀਆਂ ਸੀਗੀਆਂ ਇਹ ਠੀਕ ਹੈ ਇਹਦੇ ਓਨਰ ਦੇ ਵਿੱਚ ਕੀ ਦਿੱਤਾ ਜਾਂਦਾ ਸੀ ਗॉड ਜੀਐਸ ਗॉड ਜੀਐਸ ਸੀਗਾ ਜਿਹੜਾ ਗॉड ਜੀਐਸ ਦੇ ਨਾਮ ਤੇ ਸੀ ਬਈ ਇਹ ਪ੍ਰਾਣੀਆਂ 올림픽 ਖੇਡਾਂ ਉਸ ਤੋਂ ਬਾਅਦ ਪ੍ਰਾਈਜ਼ ਦਿੱਤਾ ਜਾਂਦਾ olive leaf petonius olive leaf ਪੱਤੇ ਦਿੱਤੇ ਜਾਂਦੇ ਸੀ ਠੀਕ ਹੈ ਬਈ ਉਸ ਤੋਂ ਬਾਅਦ ਪਾਈਹਨ ਗੇਮ ਆ ਗਈਆਂ ਪਾਈ ਪਾਈਥਨ ਗੇਮ ਆ ਗਈਆਂ ਇਹ ਕਦੋਂ ਸ਼ੁਰੂ ਹੋਈਆਂ ਸੀ ਡੈਲਫੀ ਦੇ ਵਿੱਚ ਸ਼ੁਰੂ ਹੋਈਆਂ ਸੀ ਇਵੈਂਟ ਕੀ ਸੀ ਚਰੋਟ ਐਂਡ ਹੌਰਸ ਰੇਸਿੰਗ ਹੌਰਸ ਰੇਟਿੰਗ ਇਹਦਾ ਸਭ ਤੋਂ ਮਹੱਤਵਪੂਰਨ ਸੀਗਾ ਜਿਹੜਾ ਚਰੋਸ ਤੇ ਹੌਰਸ ਰੇਡਿੰਗ ਜਿਹੜਾ ਘੋੜਸਵਾਰੀ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਇਹਦਾ ਓਨਰ ਆਫ ਗੋਡ ਅਪੋਲੋ ਗੋਡ ਅਪੋਲੋ ਕੀ ਦਾ ਗੋਡ ਸੀ ਗੋਡ ਆਫ 뮤직 ਸੰਗੀਤ ਦਾ ਜਿਹੜਾ ਗੋਡ ਸੀਗਾ ਸੰਗੀਤ ਦਾ ਜਿਹੜਾ ਪਰਮਾਤਮਾ ਸੀਗਾ ਉਹਦੇ ਨਾਲ ਰਿਲੇਟਡ ਸੀ ਤੇ ਉੱਪਰਲਾ ਗॉड ਜੀ ਐਸ ਗॉड ਆਫ ਸਕਾਈ ਆਸਮਾਨ ਦਾ ਦੇਵਤਾ ਸੀ ਇਹ 뮤직 ਦਾ ਦੇਵਤਾ ਸੀ ਪਾਈਥਨਸ ਗੇਮ ਦੀ ਗੱਲ ਹੋ ਗਈ 올림픽ਸ ਗੇਮ ਦੀ ਗੱਲ ਹੋ ਗਈ ਤੇ ਨੈਕਸਟ ਆਪਾਂ ਗੱਲ ਕਰਦੇ ਆਂ ਬਈ ਅੱਛਾ ਇੱਥੇ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਜਿਹੜੇ ਆਪਣੇ ਹੁਣ ਵਾਲਾ ਬੈਚ ਜਿਹੜਾ ਹੁਣ ਨਵਾਂ ਸਟਾਰਟ ਹੋਇਆ ਇਹਦੇ ਫੀਚਰਸ ਕੀ ਹਨ आवर ਬੈਚ ਫੀਚਰਸ ਇਸ ਬੈਚ ਦੇ ਫੀਚਰ ਹਨ ਲਾਈਵ ਕਲਾਸ ਦਾ ਤੁਹਾਨੂੰ ਮਿਲ ਨਹੀਂ ਮਿਲਣੀ ਹੈ ਡਾਊਟ ਕਲੀਅਰਿੰਗ ਸੈਸ਼ਨ ਜ਼ਰੂਰ ਅਸੀਂ ਰੱਖਣਾ ਇੱਕ ਇੱਕ ਸੈਸ਼ਨ ਜ਼ਰੂਰ ਰੱਖਣਾ ਜਿਹਦੇ ਵਿੱਚ ਤੁਹਾਡੇ ਡਾਊਟ ਜਿਹੜੇ ਉਹ ਕਲੀਅਰ ਕੀਤੇ ਜਾ ਸਕਣ ਤੇ ਸਾਰੀਆਂ ਪੀਡੀਫਸ ਆਲ ਪੀਡੀਫਸ ਤੁਹਾਨੂੰ ਆਪਣੇ ਆਪ ਡਾਊਨਲੋਡ ਮਿਲਣਗੀਆਂ ਇੱਕ ਨਵੀਂ ਚੀਜ਼ ਐਡ ਕੀਤੀ ਟੈਸਟ ਸੀਰੀਜ਼ ਟੈਸਟ ਤੁਹਾਡੇ ਕੋਲੋਂ ਲਏ ਜਾਣਗੇ ਟਾਈਮਿੰਗ ਲਾ ਕੇ ਟੈਸਟ ਲਏ ਜਾਣਗੇ ਰੀਜ਼ਨੇਬਲ ਫੀਸ ਫੀਸ ਬਹੁਤ ਘੱਟ ਆ ਭਾਈ ਪੂਰੇ ਪੰਜਾਬ ਨਾਲੋਂ ਘੱਟ ਫੀਸ ਆਪਣੀ ਹੈ ਇਸ ਮੈਚ ਦੀ ਪੂਰੇ ਪੰਜਾਬ ਨਾਲੋਂ ਘੱਟ ਫੀਸ ਆਪਣੀ ਹੈ ਤੇ ਰਿਜ਼ਲਟ ਵੀ ਆਪਣਾ ਬਹੁਤ ਵਧੀਆ ਹੈ ਠੀਕ ਹੈ ਭਾਈ ਅੱਛਾ ਗੱਲ ਆਈ ਗਈ ਰਿਜ਼ਲਟ ਦੀ ਪੰਜਾਬ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਪੀਐਸ ਟੈਟ ਪਾਸ ਕਰਾਉਣ ਵਾਲਾ ਪਹਿਲਾ ਇੰਸਟੀਚੂਟ ਹੈ ਜਿਹੜਾ ਠੀਕ ਹੈ 50 ਪਲੱਸ ਬੰਦੇ ਆ ਜਿਹੜੇ ਆਪਣੇ ਫਿਜ਼ੀਕਲ ਐਜੂਕੇਸ਼ਨ ਦਾ ਪੀਟੈਟ ਪਾਸ ਹਨ ਠੀਕ ਆ ਸਾਰੇ ਵਧਾਈ ਦੇ ਪਾਤਰਾ ਨੈਕਸਟ ਆਪਾਂ ਗੱਲ ਕਰਨੀ ਐ ਇਟ ਵਾਸ ਦਾ ਫੈਸਟੀਵਲ ਆਫ 뮤직 ਪਿਛੇ ਆਪਾਂ ਗੱਲ ਕੀਤੀ ਆ ਪਾਈਥਨ ਗੇਮ ਦੀ ਤੇ 뮤직 ਦੇ ਫੈਸਟੀਵਲ ਦੇ ਉੱਤੇ ਕੀਤਾ ਜਾਂਦਾ ਹੈ ਬਈ ਠੀਕ ਆ ਰੌਲਰ ਬੇਰਥ ਇਹਦੇ ਵਿੱਚ ਦਿੱਤੇ ਜਾਂਦੇ ਆ ਪ੍ਰਾਈਜ਼ ਦੇ ਤੌਰ ਤੇ ਇਸਥਾਮੀਅਨ ਗੇਮਸ ਇਸਥਾਮੀਅਨ ਗੇਮਸ ਦੀ ਗੱਲ ਕਰ ਲਈਏ ਹੈਲਥ ਐਟ ਕੋਰਥਿਨ ਕੋਰੀਨੇਥ ਕੋਰੀਨੇਥ ਦੇ ਵਿੱਚ ਸ਼ੁਰੂ ਹੋਈ ਆ ਬਈ ਇਹਦੇ ਵਿੱਚ ਇਵੈਂਟ ਕਿਹੜੇ ਸੀਗੇ ਇਸਥਾਮੀਅਨ ਦੇ ਵਿੱਚ ਇਸਥਾਮੀਅਨ ਗੇਮ ਨੇ ਇਹਦੇ ਵਿੱਚ ਇਵੈਂਟ ਹੈਗੇ ਸੀਗੇ ਐਥਲੈਟਿਕਸ ਠੀਕ ਹੈ ਇਕੋ ਸਟ੍ਰੇਨ 뮤지컬 ਇਵੈਂਟ ਬਾਕਸਿੰਗ ਇਵੈਂਟਸ ਠੀਕ ਹੈ ਬਾਕਸਿੰਗ ਸੀ ਐਥਲੈਟਿਕ ਮੁਕਾਬਲੇ ਸੀ ਠੀਕ ਹੈ ਇਥਾਮੀਅਨਸ ਗੇਮ ਦੀ ਆਪਾਂ ਗੱਲ ਕਰਨਾ ਹੈ ਜਿਹੜੀ ਕੋਰੀਨਥ ਦੇ ਵਿੱਚ ਸ਼ੁਰੂ ਹੋਈਆਂ ਸੀ ਠੀਕ ਹੈ ਗॉड ਪੋਸਡਨ ਦੇ ਨਾਮ ਦੇ ਉੱਤੇ ਇਹਨੂੰ ਕਹਿੰਦੇ ਸੀ ਗॉड ਆਫ ਓਸ਼ੀਅਨ ਸਮੁੰਦਰ ਦਾ ਦੇਵਤਾ ਠੀਕ ਆ ਇਹਦੇ ਵਿੱਚ ਪਾਈਨ ਦਿੱਤੇ ਜਾਂਦੇ ਸੀਗੇ ਬਈ ਪਾਈਨ ਜਿਹੜੇ ਉਹ ਦਿੱਤੇ ਜਾਂਦੇ ਸੀ ਇਨਾਮ ਦੇ ਤੌਰ ਤੇ ਠੀਕ ਹੈ ਬਈ ਵੈਰੀ ਇੰਪੋਰਟੈਂਟ ਨਿਮਾਨ ਗੇਮਸ ਨਿਮਾਨ ਦੀਆਂ ਗੇਮਸ ਆ ਗਈਆਂ ਵੇ ਠੀਕ ਹੈ ਬਈ ਨਿਮਾਨ ਦੀਆਂ ਗੇਮ ਕਦੋਂ ਕਿੱਥੇ ਸ਼ੁਰੂ ਹੋਈਆਂ ਐਗਰੋਲਿਸ ਦੇ ਵਿੱਚ एग्रोलिस वाइगुरु ਨਿਮਾਨ ਦੀਆਂ ਗੇਮ ਜੜੀਆਂ ਐਗਰੋਲਿਸ ਦੇ ਵਿੱਚ ਸ਼ੁਰੂ ਹੋਈਆਂ ਇਹਦਾ ਓਨਰ ਆਫ ਗੌਡ ਜੀਐਸ ਇਹ ਵੀ ਗੌਡ ਜੀਐਸ ਦੇ ਨਾਮ ਦੇ ਉੱਤੇ ਸ਼ੁਰੂ ਹੋਈਆਂ ਚੱਲਦੇ ਲਾਈਵ ਸੈਕਸ਼ਨ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਈ ਠੀਕ ਆ ਵਾਈਡ ਕੈਲਰੀ ਨਾਂ ਦੇ ਵਾਈਡ ਕੈਲਰੀ ਨਾਂ ਦੇ ਇਹਦੇ ਵਿੱਚ ਨਾਮ ਦੇ ਤੌਰ ਤੇ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਹੈ ਜਿਹੜਾ ਆਪਣਾ ਅੱਜ ਦਾ ਜਿਹੜਾ ਟਾਪਿਕ ਆ ਜਿਹਦੇ ਨਾਲ ਰਿਲੇਟਡ ਕੁਐਸਚਨ ਜ਼ਰੂਰ ਆਉਂਦੇ ਆ ਲੇਟਰ ਇਥਨ ਸਪੀਰਿਟ ਐਂਡ ਗੋਲਡਨ ਪੀਰੀਅਡ ਇਹ ਸੀਗਾ ਬਈ ਫਿਜ਼ੀਕਲ ਐਜੂਕੇਸ਼ਨ ਦਾ ਗੋਲਡਨ ਪੀਰੀਅਡ ਫਿਜ਼ੀਕਲ ਐਜੂਕੇਸ਼ਨ ਦਾ ਗੋਲਡਨ ਪੀਰੀਅਡ ਸੀਗਾ ਬਈ ਠੀਕ ਆ ਗੋਲਡਨ ਪੀਰੀਅਡ ਆਫ ਗ੍ਰੀਕ ਹਿਸਟਰੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਸਾਰੀ ਫਿਜ਼ੀਕਲ ਐਜੂਕੇਸ਼ਨ ਗ੍ਰੀਕ ਦੇ ਨਾਲ ਜਿਆਦਾ ਸਬੰਧ ਰੱਖਦੀ ਹੈ ਠੀਕ ਹੈ ਬਈ 골ਡਨ ਪੀਰੀਅਡ ਆਫ ਗ੍ਰੀਕ ਹਿਸਟਰੀ ਦਾ ਪੀਰੀਅਡ ਇਜ਼ ਆਲਸੋ ਨੋਨ ਐਜ਼ 에ਜ ਆਫ ਠੀਕ ਹੈ ਬਈ ਗ੍ਰੀਕ ਹਿਸਟਰੀ ਦਾ ਪੀਰੀਅਡ ਵਾਸ ਆਲਸੋ ਨੋਨ ਐਜ਼ ਪੀਰੀਅਡ ਆਫ ਫਿਲਾਸਫੀਜ਼ ਫਲਸਫੀਜ਼ ਦਾ ਪੀਰੀਅਡ ਵੀ ਇਹਨੂੰ ਬੋਲ ਸਕਦੇ ਹਾਂ ਸੋਕ੍ਰੇਟਸ ਪਲੇਟੋ ਐਂਡ ਅਰਿਸਟੋਟਲ ਅਰਸਤੂ ਪਲੇਟੋ ਸੋਕ੍ਰੇਟਸ ਜਿਹੜੇ ਫਲਸਫਰ ਸੀਗੇ ਇਸੇ ਪੀਰੀਅਡ ਦੇ ਵਿੱਚ ਆਏ ਸੀ ਅਰਸਤੂ ਦੀ ਆਪਾਂ ਗੱਲ ਕਰਦੇ ਹੁੰਨੇ ਆ ਪਲੇਟੋ ਦੀ ਗੱਲ ਕਰਦੇ ਹੁੰਨੇ ਆ ਸੋਕ੍ਰੇਟਸ ਦੀ ਗੱਲ ਕਰਦੇ ਹੁੰਨੇ ਆ ਤੇ ਸਾਰੇ ਇਸੇ ਪੀਰੀਅਡ ਦੇ ਵਿੱਚ ਹੋਂਦ ਦੇ ਵਿੱਚ ਆਏ ਸੀ ਲੈਟਰਲ ਇਥਨ ਸਪੀਡ ਤੇ 골ਡਨ ਪੀਰੀਅਡ ਸੀਗਾ ਫਿਜ਼ੀਕਲ ਐਜੂਕੇਸ਼ਨ ਦਾ ਸਮੇਂ ਲੱਗ ਗਈ ਬਈ ਸਾਰਿਆਂ ਨੂੰ ਲਾਈਵ ਸੈਸ਼ਨ ਨੂੰ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਨੂੰ ਆਵਾਜ਼ ਵਗੈਰਾ ਸਹੀ ਆ ਰਹੀ ਹੈ ਬਈ ਅੱਛਾ ਜੀ ਅੱਗੇ ਗੱਲ ਕਰਨੀ ਆ ਹਿਪੋਕ੍ਰੇਟਸ ਦੀ ਹਿਪੋਕ੍ਰੇਟਸ ਆਫ ਦਾ ਪੀਰੀਅਡ ਵਾਸ ਦਾ ਗ੍ਰੇਟੈਸਟ ਅਥਾਰਟੀ ਔਨ ਦਾ ਮੈਡੀਕਲ ਜਮਨਾਸਟਿਕ ਮੈਡੀਕਲ ਜਮਨਾਸਟਿਕ ਦੇ ਤੌਰ 'ਤੇ ਸਿਹਤ ਪੱਕੀ ਜਮਨਾਸਟਿਕ ਦੀ ਗੱਲ ਕੀਤੀ ਸੀਗੀ ਹਿਪੋਕ੍ਰੇਟਸ ਨੇ ਠੀਕ ਹੈ ਬਈ ਉਸ ਤੋਂ ਬਾਅਦ ਰੋਮ ਰੋਮ ਵੀ ਕਾਫੀ ਹੱਦ ਤੱਕ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਬਹੁਤ ਰਿਲੇਟ ਕਰਦਾ ਹੈ ਬਈ अर्ਲੀ ਰੋਮਨ ਪੀਰੀਅਡ ਆ ਗਿਆ ਬਈ ਸਭ ਤੋਂ ਪਹਿਲਾਂ ਦਾ ਰੋਮਨਸ ਥੌਟ ਦਾ ਵਰਲਡ ਹਾਊ ਟੂ ਗਰੋ ਹਾਊ ਟੂ ਐਡਮਿਨਿਸਟਰ ਹਾਊ ਟੂ ਰੂਲ ਵਿਦ ਪ੍ਰਾਈਡ ਡਿਗਨਿਟੀ ਐਂਡ ਰਥਲਲ ਰੱਥ ਇਲਨਸ ਠੀਕ ਹੈ ਬਈ ਜਿਹੜੇ ਰੋਮਾਨ ਸੀਗੇ ਉਹ ਕਹਿੰਦੇ ਸੀਗੇ ਕਿਵੇਂ ਗ੍ਰਾਉਂਡ ਕਰੂਗਾ ਸਾਡਾ ਦੇਸ਼ ਰੋਮ ਠੀਕ ਹੈ ਐਡਮਿਨਿਸਟ੍ਰੇਟ ਕੌਣ ਕਰੇਗਾ ਸੰਚਾਲਨ ਕੌਣ ਕਰੇਗਾ ਬਈ ਠੀਕ ਹੈ ਰੂਲ ਕੀ ਹੋਣਗੇ ਨਿਜ਼ਮ ਕੀ ਹੋਣਗੇ ਵਿਦ ਪ੍ਰਾਈਡ ਵੀ ਆਪਾਂ ਇੱਜ਼ਤ ਨਾਲ ਡਿਗਟੀ ਨਾਲ ਜ਼ਿੰਦਗੀ ਜਿਹੜੀ ਉਹ ਜੀ ਸਕੀਏ ਕੈਂਪਸ ਮਾਰਟਿਅਸ ਵਾਜ ਦਾ ਪਲੇਸ ਆਫ ਦਾ ਵੇਅਰ ਰੋਮਨ ਯੂਥ ਰੀਸੀਵਡ ਟ੍ਰੇਨਿੰਗ ਇੱਕ ਕੈਂਪ ਸੀਗਾ ਕੈਂਪਸ ਮਾਰਟਿਅਸ ਕਿਹੜਾ ਸੀਗਾ ਕੈਂਪਸ ਮਾਰਟਿਅਸ ਕੈਂਪਸ ਮਾਰਟਿਅਸ ਨਾਮ ਦਾ ਕੈਂਪ ਸੀਗਾ ਜਿਹਦੇ ਵਿੱਚ ਯੂਥ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਬਈ ਯੂਥ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਫਿਜ਼ੀਕਲ ਐਜੂਕੇਸ਼ਨ ਦੇ ਤੌਰ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਠੀਕ ਆ ਬਈ ਉਸ ਤੋਂ ਬਾਅਦ ਨੈਕਸਟ ਹੈ ਇਸ ਪੀਰੀਅਡ ਦੇ ਵਿੱਚ ਕਿਹੜੀ ਗੇਮ ਪੌਪੂਲਰ ਸੀ ਹੈਂਡਬਾਲ ਵਾਸ ਪੌਪੂਲਰ ਇਨ ਥਿਸ ਪੀਰੀਅਡ ਰੋਮਨ ਦੇ ਵਿੱਚ ਰੋਮਨ ਵਾਲੇ ਪੀਰੀਅਡ ਦੇ ਵਿੱਚ ਹੈਂਡਬਾਲ ਪ੍ਰੋਪਰ ਗੇਮ ਸੀਗੀ ਆ ਦੇਖ ਲਓ ਸਾਹਮਣੇ ਫਿਜ਼ੀਕਲ एक्सरसाइज परपेड यूथ फॉर वार फिजिकल एक्सरसाइज ਨੂੰ ਸਿਰਫ ਲੜਾਈ ਦੇ ਤੌਰ ਤੇ ਹੀ ਵਰਤਿਆ ਜਾਂਦਾ ਸੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪੀਪੀਟੀ ਤੇ ਬਹੁਤ ਵਧੀਆ ਕੰਟੈਂਟ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਕਿਉਂਕਿ ਹਿਸਟਰੀ ਨੂੰ ਕਈ ਬੱਚੇ ਮੰਨਦੇ ਆ ਵੀ ਹਿਸਟਰੀ ਹੁੰਦੀ ਆ ਜਿਹੜੀ ਉਹ ਬੋਰਿੰਗ ਹੁੰਦੀ ਆ ਬਸ ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਠੀਕ ਹੈ ਬਈ ਇਹ ਸਿਰਫ ਫਿਜ਼ੀਕਲ ਐਕਸਰਸਾਈਜ਼ ਸਿਰਫ ਲੜਾਈਆਂ ਕਰਨ ਵਾਸਤੇ ਜਿਹੜੀ ਉਹ ਕਰਦੇ ਸੀ ਠੀਕ ਹੈ ਤੇ ਹੈਂਡਬਾਲੇ ਦੀ ਪੌਪੂਲਰ ਗੇਮ ਸੀਗੀ ਰੋਮਾਨ ਦੇ ਪੀਰੀਅਡ ਦੀ ਅੱਛਾ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਜਿਹੜੇ ਬੱਚੇ ਸਾਡੇ ਵਟਸਐਪ ਗਰੁੱਪ ਦੇ ਨਾਲ ਜੁੜਨਾ ਚਾਹੁੰਦੇ ਆ ਬਈ ਜੁਆਇਨ ਕਰਨਾ ਚਾਹੁੰਦੇ ਆ ਉਹ ਬੱਚੇ ਆਪਣਾ ਨਾਮ ਜੈਂਡਰ ਐਗਜ਼ਾਮ ਜਿਹਦੀ ਤੁਸੀਂ ਪ੍ਰੈਪਰੇਸ਼ਨ ਕਰਨੀ ਹੈ ਠੀਕ ਆ ਉਸ ਤੋਂ ਬਾਅਦ ਆਪਣੀ ਸਿਟੀ ਦਾ ਨਾਮ ਲਿਖ ਕੇ ਇਸ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਤਾਂ ਜੋ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਨਾਲ ਜੋੜ ਸਕੋ ਤੇ ਹੋਰ ਵੀ ਜਾਣਕਾਰੀ ਤੇ ਪੀਡੀਐਫਸ ਤੁਹਾਡੇ ਤੱਕ ਪਹੁੰਚ ਸਕਣ ਸਟੱਡੀ ਮਟੀਰੀਅਲ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਬਈ ਨੈਕਸਟ ਹੈ ਲੇਟਰ ਰੋਮਨ ਪੀਰੀਅਡ ਠੀਕ ਹੈ ਗੈਲਨਵਾਜ਼ ਦਾ ਫੇਮਸ ਫਿਲਾਸਫਰ ਐਂਡ ਮੈਡੀਕਲ ਸਟੂਡੈਂਟ ਗੈਲਨ ਗੈਲਨ ਨਾਂ ਦਾ ਜੋ ਵਿਅਕਤੀ ਸੀ ਉਹ ਇੱਕ ਫੇਮਸ ਫਿਲਾਸਫਰ ਸੀ ਠੀਕ ਆ ਤੇ ਮੈਡੀਕਲ ਸਟੂਡੈਂਟਸ ਇ ਲੇਟਰ ਰੋਮਾਨ ਪੀਨਣ ਦੇ ਵਿੱਚ ਠੀਕ ਆ ਹਾਰਸ ਰੇਸਿਸ ਰਿਪਲੇਸਡ ਫੁੱਟ ਰੇਸਿਸ ਹਾਰਸ ਰੇਸਿਸ ਚੈਰੋਟ ਦੀ ਥਾਂ ਦੇ ਉੱਤੇ ਠੀਕ ਆ ਫੁੱਟ ਰੇਸਿਸ ਵੀ ਸ਼ੁਰੂ ਹੋ ਗਈਆਂ ਠੀਕ ਆ ਗੈਡਲਾਈਟੇਰੀਅਲ ਕੰਬੈਟਸ ਇਨ ਵਿੱਚ ਦਾ ਸੈਲਵ ਕੰਪੀਟੀਟਿਵ ਐਂਡ ਕ੍ਰਿਮੀਨਲਸ ਵਰ ਟੇਕ ਪਾਰਟ ਵਿੱਚ ਮੈਨ ਥਰੋ ਅਗੇਂਸਟ ਅਨਦਰ ਮੈਨ ਠੀਕ ਹੈ ਗਲਡੇਰੀਅਲ ਕੋਬੈਟ ਦੇ ਵਿੱਚ ਜਿਹੜੇ ਕ੍ਰਿਮੀਨਲ ਸੀਗੇ ਉਹ ਵੀ ਪਾਰਟ ਲੈ ਸਕਦੇ ਸੀ ਸੈਲਫ ਵੀ ਕੰਪੀਟੀਟਿਵ ਵੀ ਸਾਰੇ ਹੀ ਇਸ ਦੇ ਵਿੱਚ ਭਾਗ ਲੈ ਸਕਦੇ ਸੀ ਅਗੁਟਸ ਟ੍ਰਾਈ ਟੂ ਰੀਸੀਵ 올림픽ਸ 올림픽ਸ ਨੂੰ ਰਿਵਾਈਵ ਕਰਨਾ ਚਾਹੁੰਦੇ ਸੀ ਥੈਰਮੇ ਵਾਜ਼ਦਾ ਬਾਥਿੰਗ ਪਲੇਸ ਥੈਰਮ ਜਿਹੜੇ ਹੁੰਦੇ ਸੀ ਵੱਡੇ ਵੱਡੇ ਇਸ਼ਨਾਨ ਘਰ ਹੁੰਦੇ ਸੀ ਇਸ ਸਮੇਂ ਦੇ ਵਿੱਚ ਲਿਟਰੋਮਾਨ ਦੇ ਪੇਂਡ ਦੇ ਵਿੱਚ ਗੈਂਬਲਿੰਗ ਗੇਮਸ ਚੱਲਦੀਆਂ ਸੀਗੀਆਂ ਬਈ ਜੂਏ ਦੇ ਨਾਲ ਰਿਲੇਟਡ ਫੇਵਰਿਟ ਐਕਟੀਵਿਟੀ ਆਫ ਰੋਮਨਸ ਰੋਮਾਨ ਦੇ ਲੋਕਾਂ ਦੇ ਵਿੱਚ ਜੂਆ ਖੇਡਣਾ ਫੇਵਰਿਟ ਮੰਨਿਆ ਜਾਂਦਾ ਸੀਗਾ ਬਈ ਲੋਕਪ੍ਰੀਏ ਮੰਨਿਆ ਜਾਂਦਾ ਸੀ ਠੀਕ ਹੈ ਬਈ ਉਸ ਤੋਂ ਬਾਅਦ ਹੈ ਰੋਮਾਂਸ ਸੈਟਅਪ ਦਾ ਸੈਪਰੇਟ ਫਿਜ਼ੀਕਲ ਐਜੂਕੇਸ਼ਨ ਰੋਮਾਂ ਨੇ ਸੈਪਰੇਟ ਫਿਜ਼ੀਕਲ ਐਜੂਕੇਸ਼ਨ ਨੂੰ ਜਨਮ ਦਿੱਤਾ ਡਿਪਾਰਟਮੈਂਟ ਕਾਲਡ 오ਪੇਰਾ ਨੈਜ਼ੀਨੋਲ ਬੈਲਿਆ ਠੀਕ ਹੈ 오ਪੇਰਾ ਨੈਜ਼ੀਨੋਲ ਬੈਲਿਆ ਦੇ ਨਾਮ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਕਾਲੀਜ਼ਮ ਵਾਸ ਕਾਲਡ ਬਾਥਿੰਗ ਪਲੇਸ ਕੋਲੀਜ਼ਮ ਵੀ ਕਹਿੰਦੇ ਸੀ ਇਹ ਜਿਹੜੀ ਬਾਹਰ ਦੀ ਹਿਸਟਰੀ ਆ ਨਾ ਬੱਚੋ ਇਹ ਤੁਹਾਨੂੰ ਜ਼ਰੂਰ ਇਦਾਂ ਹੀ ਪੜਨੀ ਪੈਣੀ ਆ ਠੀਕ ਆ ਜ਼ਰੂਰੀ ਹੈ ਬਾਹਰ ਦੀ ਹਿਸਟਰੀ ਨੂੰ ਸਮਝਣਾ ਬਹੁਤ ਜ਼ਰੂਰੀ ਆ ਕੋਲੀਜ਼ਮ ਵਾਸ ਦਾ ਬਾਥਿੰਗ ਪਲੇਸ ਉਹਦੇ ਵਿੱਚ ਥੈਮਰ ਨੂੰ ਬਾਥਿੰਗ ਪਲੇਸ ਕਹਿੰਦੇ ਸੀ ਲੇਟਰ ਰੋਮਨ ਪੀਰੀਅਡ ਆ ਉਹ ਕੱਲਾ ਰੋਮਨ ਪੀਰੀਅਡ ਸੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਬਈ ਅੱਛਾ ਹੁਣ ਵੱਖ-ਵੱਖ ਕੰਟਰੀਆਂ ਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਆ ਜੀ ਜਰਮਨੀ ਜਰਮਨੀ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਕੀ ਸੀ ਜான் ਬੈਂਹਾਰਡ ਬੈਸਡੋ ਜான் ਬੈਂਹਾਰਡ ਬੈਸਡੋ ਇਜ਼ ਰੈਗਨਟਡ ਐਸ ਦਾ ਫਾਦਰ ਆਫ ਮਾਡਰਨ ਫਿਜ਼ੀਕਲ ਐਜੂਕੇਸ਼ਨ ਮਾਡਰਨ ਫਿਜ਼ੀਕਲ ਐਜੂਕੇਸ਼ਨ ਦਾ ਪਿਤਾ ਕੌਣ ਹੈ ਜੌਨ ਬੈਨਹਰਡ ਬੈਸਡੋ ਬੈਸਡੋ ਆ ਜਿਹੜਾ ਉਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਿਹੜਾ ਮਾਡਰਨ ਪਿਤਾ ਇਹਨੂੰ ਕਿਹਾ ਜਾਂਦਾ ਹੈ ਜੌਨ ਨੂੰ ਇੱਥੇ ਮੈਂ ਲਿਖ ਦਿੰਦਾ ਜੌਨ ਬੈਸਡੋ ਜੌਨ ਬੈਸਡੋ ਵੀ ਇਹਨੂੰ ਬੋਲ ਦਿੰਨੇ ਆਪਾਂ ਠੀਕ ਆ ਇਸ ਚੀਜ਼ ਦਾ ਤੁਸੀਂ ਤਿਆਰ ਰੱਖਣਾ ਜਰਮਨੀ ਦੇ ਵਿੱਚ ਜਰਮਨੀ ਨੇ ਹੀ ਜਮਨਾਸਟਿਕ ਨੂੰ ਜਨਮ ਦਿੱਤਾ ਗਾਟਸਮਰਟਸ ਦੁਆਰਾ ਠੀਕ ਹੈ ਜੌਨ ਬੈਸਡੋ ਨੂੰ ਜਿਹੜਾ ਮਾਡਰਨ ਫਾਦਰ ਆਫ ਫਿਜ਼ੀਕਲ ਐਜੂਕੇਸ਼ਨ ਕਿਹਾ ਗਿਆ ਬੈਸਡੋ ਓਪਨਡ ਏ ਨੈਚਰਲਿਸਟ ਸਕੂਲ नोन ਐਸ ਠੀਕ ਹੈ ਫੈਨੋਨਿਮ ਬੈਸਡੋ ਨੇ ਸਕੂਲ ਸ਼ੁਰੂ ਕੀਤੇ ਵੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਉਸ ਤੋਂ ਬਾਅਦ ਜੇ ਸੈਮਨ ਵਾਜ਼ ਫਰਸਟ ਟੀਚਰ ਆਫ ਫਿਜ਼ੀਕਲ ਐਜੂਕੇਸ਼ਨ ਇਨ ਥਿਸ ਸਕੂਲ ਪਹਿਲੀ ਨਤਪੋਰੀਅਮ ਜਿਹੜਾ ਸਕੂਲ ਸੀ ਪਹਿਲੀ ਪਹਿਲੀ ਨਤਪੋਰੀਅਮ ਨਾਂ ਦਾ ਸਕੂਲ ਸੀਗਾ ਯਾਦ ਰੱਖਣਾ ਪਹਿਲੀ ਮੈਥ ਪੋਰੀਅਮ ਨਾਮ ਦਾ ਸਕੂਲ ਸੀ ਉਹਦਾ ਫਰਸਟ ਫਿਜ਼ੀਕਲ ਐਜੂਕੇਸ਼ਨ ਟੀਚਰ ਸੀ ਜੇਸ ਸਿਮੋਨ ਜਿਹੜਾ ਜੇਸ ਸਿਮੋਨ ਸੀਗਾ ਬਈ ਜੇ ਸਿਮੋਨ ਪਹਿਲਾ ਫਿਜ਼ੀਕਲ ਐਜੂਕੇਸ਼ਨ ਟੀਚਰ ਸੀ ਜான் ਕ੍ਰਿਸਟੋਫ ਫਰੇਡਿਚ ਗਾਸਟਮਾਸਟ ਰਿਮੈਂਬਰਡ ਐਸ ਦਾ ਗ੍ਰੈਂਡਫਾਦਰ ਆਫ ਜਨਰਲਰੀ ਜਿਮਨਾਸਟਿਕ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਗ੍ਰੈਂਡਫਾਦਰ ਕੌਣ ਸੀ ਜੌਨ ਕ੍ਰੈਸਟੋਫ ਫ੍ਰੀਡਿਚ ਗਾਟਸਮਰਸ ਰਿਮੈਂਬਰ ਇਹ ਸਾਰੇ ਕੀ ਹਨ ਵਿਗਿਆਨੀ ਹਨ ਫਿਜ਼ੀਕਲ ਐਜੂਕੇਸ਼ਨ ਦੇ ਸਟਾਨ ਜਿਨ੍ਹਾਂ ਨੇ ਫਿਜ਼ੀਕਲ ਐਜੂਕੇਸ਼ਨ ਨੂੰ ਇੱਥੋਂ ਤੱਕ ਲੈ ਕੇ ਆਂਦਾ ਆਈ ਹੋਪ ਯੂ ਅੰਡਰਸਟੈਂਡ ਚੱਲਦੇ ਲਾਈਵ ਸੈਸ਼ਨ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬੱਚਿਓ ਅੱਛਾ ਗਾਟਸਮਰਸ ਨੇ ਦੋ ਬੁੱਕਸ ਲਿਖੀਆਂ ਸੀਗੀਆਂ ਠੀਕ ਆ ਜਮਨਾਸਟਿਕ ਆਫ ਦਾ ਜੰਗ ਇਹ ਪਹਿਲੀ ਬੁੱਕ ਹੈ ਇਹਨਾਂ ਦੀ ਦੂਜੀ ਆ ਦਾ ਗੇਮਸ 105 ਰੀਕ੍ਰੀਏਸ਼ਨ ਗੇਮ ਇਹ ਵੀ ਬੁੱਕ ਇਹਨਾਂ ਦੁਆਰਾ ਲਿਖੀ ਗਈ ਸੀ ਠੀਕ ਹੈ ਬਈ ਉਸ ਤੋਂ ਬਾਅਦ ਹੈ ਸੱਚੇ ਫੈਨਥਲ ਐਜੂਕੇਸ਼ਨਲ ਇੰਸਟੀਟਿਊਟ ਫਾਊਂਡੇਡ ਬਾਈ 크ਰਿਸਚਨ ਗੋਥਸ ਸੈਲਮਨ ਇਨ 1750 ਜਿਹੜਾ ਸੈਂਪੈਥਲਨ এডਿਕੇਸ਼ਨ ਇੰਸਟੀਚੂਟ ਹੈ ਇਹਦੀ ਸ਼ੁਰੂਆਤ ਕੀਤੀ ਗਈ ਸੀਗੀ ਸੈਲਮਨ ਦੁਆਰਾ ਸੈਲਮਨ ਦੁਆਰਾ ਵੀ ਆਪਾਂ ਕਹਿ ਸਕਦੇ 1785 ਦੇ ਵਿੱਚ ਫ੍ਰੈਡਿਕ ਲੋਰਡਵਿੰਗ ਜੌਨ ਫਾਦਰ ਆਫ ਜਮਨਾਸਟਿਕ ਵਾਜ਼ ਏ ਜਰਮਨ ਜਮਨਾਸਟਿਕ ਐਜੂਕੇਟਰ ਐਂਡ ਨੈਸ਼ਨਲਿਸਟ ਇਹਨਾਂ ਨੇ ਫ੍ਰੈਡਿਕ ਲੋਰਡਵਿੰਗ ਜੌਨ ਨੇ ਜਰਮਨੀ ਦੇ ਵਿੱਚ ਜਿਹੜਾ ਜਮਨਾਸਟਿਕ ਦਾ ਜਨਮਦਾਤਾ ਜਾਂ ਫਾਦਰ ਵੀ ਇਹਨਾਂ ਨੂੰ ਕਿਹਾ ਜਾਂਦਾ ਲਾਰਡ ਵਿੰਗ ਜੌਨ ਸਟਾਰਟ ਟਰਵੇਰਮ ਮੂਵਮੈਂਟ ਇਨ ਜਰਮਨੀ ਇਹਨਾਂ ਨੇ ਟਰਵੇਰਮ ਮੂਵਮੈਂਟ ਵੀ ਜਿਹੜੀ ਉਹ ਸ਼ੁਰੂ ਕੀਤੀ ਸੀ ਪ੍ਰੇਟਿਕ ਲਾਰਡ ਵਿੰਗ ਜਾਨ ਦੀਆਂ ਬੁੱਕਸ ਹੈਗੀਆਂ ਬਈ ਜਰਮਨ ਜਮਨਾਸਟਿਕ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਆ ਕਿਹੜੇ ਰਾਈਟਰ ਦੀ ਕਿਹੜੀ ਬੁੱਕ ਹੈ ਗਟਸ ਮਾਰਟਸ ਦੀ ਜਮਨਾਸਟਿਕ ਆਫ ਜੰਗਸ ਦਾ ਗੇਮਸ 105 ਰਿਗ੍ਰੇਸ਼ਨ ਗੇਮਸ ਫ੍ਰੇਡੀ ਲੂਡਵਿੰਗ ਜੋਂਦੀ ਹੈਗੀ ਜਰਮਨ ਜਿਮਨਾਸਟਿਕ ਚਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਈ ਨੈਕਸਟ ਹੈ ਅਡਾਲਟ ਸਪਾਈਸ ਅਡਾਲਟ ਸਪਾਈਸ ਆ ਗਿਆ ਵੀ ਅੱਗੇ ਅਡਾਲਟ ਸਪਾਈਸ ਰੋਟ ਸਿਸਟਮ ਆਫ ਜਿਮਨਾਸਟਿਕ ਕਿਹੜੀ ਕਿਹੜੀ ਬੁੱਕ ਕਿੰਨੇ ਲਿਖੀ ਹੈ ਯਾਦ ਰੱਖਣਾ ਭਾਈ ਤੁਸੀਂ ਸਾਰੇ ਬੱਚਿਆਂ ਨੇ ਯਾਦ ਰੱਖਣਾ ਸਿਸਟਮ ਆਫ ਜਿਮਨਾਸਟਿਕ ਅਡਾਪਟ ਸਪਾਈਸ ਦੁਆਰਾ ਲਿਖੀ ਗਈ ਮੈਨੂਅਲ ਆਫ ਜਿਮਨਾਸਟਿਕ ਫਾਰ ਸਕੂਲਸ ਇਹ ਵੀ ਇਹਨਾਂ ਦੁਆਰਾ ਲਿਖੀ ਗਈ ਹੁਣ ਅਡਾਪਟ ਸਪਾਈਸ ਦੁਆਰਾ ਦੋ ਬੁੱਕਸ ਲਿਖੀਆਂ ਗਈਆਂ ਵੀ ਅਡਾਪਟ ਸਪਾਈਸ ਨੇ ਦੋ ਬੁੱਕਸ ਲਿਖੀਆਂ ਹੋਇਆਂ ਸਿਸਟਮ ਆਫ ਜਿਮਨਾਸਟਿਕ ਤੇ ਮੈਨੂਅਲ ਆਫ ਜਿਮਨਾਸਟਿਕ ਸਕੂਲਸ ਠੀਕ ਹੈ ਈਟੀ ਗਟਸ ਆਫ नोन ਐਸ ਦਾ ਫਾਦਰ ਆਫ ਪਲੇਗਰਾਊਂਡ ਪਲੇਗਰਾਉਂਡ ਦਾ ਫਾਦਰ ਕੌਣ ਸੀ ਜਿਹੜੇ ਗਰਾਉਂਡ ਅੱਜ ਕੱਲ ਬਣੇ ਆਪਾਂ ਦੇਖ ਰਹੇ ਆ ਆਪਣੇ ਸਾਹਮਣੇ ਕਬੱਡੀ ਦਾ ਹਾਕੀ ਦਾ ਫੁੱਟਬਾਲ ਦਾ ਜਿਹੜੇ ਗਰਾਉਂਡ ਬਣੇ ਆ ਉਹਨਾਂ ਦਾ ਫਾਦਰ ਕੌਣ ਆ ਬਈ ਈਟੀ ਗਸਟਵ ਗਸਟਵ ਇਹੜਾ ਗਸਟਵ ਹੈ ਪਲੇਗਰਾਉਂਡਸ ਦਾ ਫਾਦਰ ਹੈ ਇਹਨਾਂ ਨੇ ਆਪਦੇ ਸਮੇਂ ਤੋਂ ਜਿਹੜੇ ਪਲੇਗਰਾਉਂਡ ਸ਼ੁਰੂ ਕੀਤੇ ਸੀ ਦਾ ਜਰਮਨ ਸਪੋਰਟਸ ਫੈਡਰੇਸ਼ਨ ਫਾਊਂਡਡ ਇਨ 1950 ਜਰਮਨ ਦੀ ਸਪੋਰਟਸ ਫਾਊਂਡੇਸ਼ਨ ਕਦੋਂ ਹੋਣ ਦੇ ਵਿੱਚ ਆਈ ਬਹੁਤ ਸਾਰੇ ਕੁਐਸਚਨਸ ਮਿਲਣਗੇ ਹਿਸਟਰੀ ਦੇ ਵਿੱਚੋਂ ਠੀਕ ਆ ਪੀਟੀਆਈ ਦੇ ਵਿੱਚ ਜ਼ਰੂਰ ਆਉਣਗੇ ਇਹ ਪੀਟੀ ਡੀਪੀ ਦੇ ਵਿੱਚ ਆਉਣੇ ਹੀ ਆਉਣੇ ਆ ਜਰਮਨ ਸਪੋਰਟਸ ਫੈਡਰੇਸ਼ਨ ਜਿਹੜੀ ਕਦੋਂ ਹੋਣ ਦੇ ਵਿੱਚ ਆਈ ਤੇ 1950 ਇਹਦਾ ਰਾਈਟ ਆਨਸਰ ਹੈ ਬਈ ਉਸ ਤੋਂ ਬਾਅਦ ਸਵੀਡਨ ਆ ਗਿਆ ਬਈ ਸਵੀਡਨ ਦੀ ਗੱਲ ਕਰ ਲੈਨੇ ਜਰਮਨ ਦੀ ਗੱਲ ਹੋ ਗਈ ਹੁਣ ਸਵੀਡਨ ਦੀ ਪੈਨ ਹੈਂਗਿੰਗ ਲਿੰਗ ਕਲਾਸੀਫਾਈਡ ਜਮਨਾਸਟਿਕ ਇਨ 2 4 ਕੈਟਾਗਰੀਜ਼ ਚਾਰ ਭਾਗਾਂ ਦੇ ਵਿੱਚ ਚਾਰ ਭਾਗਾਂ ਦੇ ਵਿੱਚ ਪੈਨ ਹੈਂਗਿੰਗ ਲਿੰਗ ਨੇ ਕਲਾਸੀਫਾਈਡ ਕੀਤੀ ਸੀਗੀ ਜਮਨਾਸਟਿਕ ਫਸਟ ਆਫ 올 ਹੈ ਐਜੂਕੇਸ਼ਨਲ ਜਮਨਾਸਟਿਕ ਉਸ ਤੋਂ ਬਾਅਦ ਹੈ ਮਿਲਟਰੀ ਜਮਨਾਸਟਿਕ ਠੀਕ ਹੈ ਤੇ ਨੈਕਸਟ ਹੈ ਮੈਡੀਕਲ ਜਮਨਾਸਟਿਕ ਉਸ ਤੋਂ ਬਾਅਦ ਹੈ ਐਸਥੈਟਿਕ ਜਮਨਾਸਟਿਕ ਚਾਰ ਭਾਗਾਂ ਦੇ ਵਿੱਚ ਜਮਨਾਸਟਿਕ ਨੂੰ ਮੰਨਿਆ ਸਤੀ ਹੈ ਜਾਲਮੇਰ ਲਿੰਕ ਵਾਸ ਦਾ ਸਨ ਆਫ ਪੈਨ ਹੈਂਗਰਿੰਗ ਲਿੰਕ ਹੈ ਜਾਲਮਰ ਹੈ ਜਾਲਮਰ ਪੁੱਤਰ ਸੀਗਾ ਬਈ ਪੈਨ ਹੈਂਕਿੰਗ ਲਿੰਕ ਦਾ ਪ੍ਰੈਜ਼ੈਂਟ ਫਰੋਮ ਦਾ 스웨디시 ਜਮਨਾਸਟਿਕ ਵਾਸ ਡਿਵੈਲਪਡ ਬਾਈ ਹੈ ਜਾਲਮਰ ਲਿੰਕ ਹੈ ਜਾਲਮਰ ਲਿੰਕ ਦੁਆਰਾ 스웨디시 ਜਮਨਾਸਟਿਕ ਨੂੰ ਬਣਾਇਆ ਗਿਆ ਬਈ ਇਹ ਚੀਜ਼ ਯਾਦ ਰੱਖਣੀ ਹੈ ਹੈ ਜਾਲਮਰ ਲਿੰਕ ਦੁਆਰਾ ਜਿਹੜੀ 스웨디시 ਜਮਨਾਸਟਿਕ ਸੀ ਉਹਨੂੰ ਬਣਾਇਆ ਗਿਆ ਦ ਲਿੰਗੇਟ ਦ ਲਿੰਗੇਟ ਦੀ ਗੱਲ ਕਰੀਏ ਇਨ 90 39 ਦਾ ਡੈਥ ਐਨੀਵਰਸਰੀ ਆਫ ਪੈਨ ਹੈਂਗਿੰਗ ਲਿੰਕ ਸੈਲੀਬ੍ਰੇਟਡ ਐਟ ਸਕਾਟ ਹੋਮ ਐਂਡ ਵਾਸ ਨੋਨ ਹੈਜ਼ ਲਿੰਗੇਟ ਇਨ ਸੈਕੰਡ ਲਿੰਗੇਟ 9049 ਟੀਮ ਆਫ ਦਾ ਹਨੂਮਾਨ ਵਿਆਮ ਆ ਗਈ ਭਾਰਤ ਦੀ ਗੱਲ ਬਈ ਭਾਰਤ ਦੀ ਗੱਲ ਆ ਗਈ 1949 ਦੇ ਵਿੱਚ ਹਨੂ ਹਨੂਮਾਨ ਵਿਆਮ ਅਮਰਾਵਤੀ ਟੁਕ ਪਾਟ ਐਂਡ ਗਿਮ ਹਨੂਮਾਨ ਵਿਆਮ ਜਿਹੜਾ ਕਾਲਜ ਆ ਉਹਦੀ ਸਥਾਪਨਾ ਕਰ ਦਿੱਤੀ ਗਈ ਸੀਗੀ ਬਈ ਹਨੂਮਾਨ ਵਿਆਮ ਕਾਲਜ ਦੀ ਸਥਾਪਨਾ ਜਿਹੜੀ ਉਹ ਕਰ ਦਿੱਤੀ ਗਈ ਸੀ ਅਮਰਾਵਤੀ ਦੇ ਵਿੱਚ ਹੈ ਜੀ અમરાવતી ਦੇ ਵਿੱਚ ਜਿਹੜਾ ਕਾਲਜ ਹੈ ਹਨੂਮਾਨ ਵਿਆਮ ਉਹਦੀ 1949 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ ਡੈਮੋਨਸਟ੍ਰੇਸ਼ਨ ਆਫ ਦਾ ਇੰਡੀਅਨ ਸਿਸਟਮ ਆਫ ਫਿਜ਼ੀਕਲ ਐਜੂਕੇਸ਼ਨ 1949 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ ਗਈ ਬਈ ਨੈਕਸਟ ਆ ਗਿਆ ਬਈ ਡੈਨਮਾਰਕ ਜਰਮਨੀ ਦੀ ਗੱਲ ਹੋ ਗਈ 스ਵੇਡਨ ਦੀ ਗੱਲ ਹੋ ਗਈ ਹੁਣ ਡੈਨਮਾਰਕ ਦੀ ਗੱਲ ਫ੍ਰੈਂਚ ਨੈਚਗਲ ਫ੍ਰੈਂਚ ਨੈਚਗਲ ਲੇਡ ਦਾ ਫਾਊਂਡੇਸ਼ਨ ਆਫ ਮਾਡਰਨ ਫਿਜ਼ੀਕਲ ਐਜੂਕੇਸ਼ਨ ਇਨ ਡੈਨਮਾਰਕ ਡੈਨਮਾਰਕ ਦੇ ਵਿੱਚ ਫ੍ਰੈਂਚ ਨੈਚਗਲ ਨੇ ਨੈਚਗਲ ਫ੍ਰੈਂਚ ਨੈਚਗਲ ਨੇ ਹੋਂਦ ਵਿੱਚ ਲਿਆਂਦਾ ਫਿਜ਼ੀਕਲ ਐਜੂਕੇਸ਼ਨ ਨੂੰ ਫ੍ਰੈਂਚ ਨੈਚਗਲ ਰੋਟ ਮੈਨੂਅਲ ਆਫ ਜਿਮਨਾਸਟਿਕ ਐਂਡ ਜਿਮਨਾਸਟਿਕ ਆਫ ਸਕੈਂਡਰੀ ਸਕੂਲਸ ਇਹਨੇ ਵੀ ਦੋ ਬੁੱਕਸ ਲਿਖੀਆਂ ਜਿਹੜੀਆਂ ਮੈਨੂਅਲ ਜਮਨਾਸਟਿਕ ਤੇ ਜਮਨਾਸਟਿਕ ਫਾਰ ਸਕੈਂਡਰੀ ਸਕੂਲਸ ਉਸ ਤੋਂ ਬਾਅਦ ਨੈਲਿਸ ਬੁੱਕ ਨੈਲਿਸ ਬੁੱਕ ਵਾਲ ਡੈਨਿਸ਼ ਜਮਨਾਸਟ ਐਂਡ ਐਜੂਕੇਟਡ ਹੂ ਫਾਊਂਡਡ ਫਰਸਟ ਐਥਲੈਟਿਕ ਫੋਕ ਹਾਈ ਸਕੂਲ ਇਨ 올ਰੋਪ ਇਨ ਦਾ ਫੌਨਨ ਡੈਨਮਾਰਕ ਡੈਨਮਾਰਕ ਦੇ ਸਕੂਲ ਦਾ ਇੱਕ ਬਹੁਤ ਵਧੀਆ ਡੈਨਿਸ਼ ਜਿਹੜਾ ਜਮਨਾਸਟਿਕਾ ਨੈਲਿਸ ਨੈਲਿਸ ਬੁੱਕ ਠੀਕ ਹੈ ਬਈ ਦੈਨਿਸ਼ ਸਪੋਰਟਸ ਫੈਡਰੇਸ਼ਨ ਵਾਸ ਫਾਊਂਡੇਡਡ ਇਨ 1896 ਜਦੋਂ ਮਾਡਰਨ 올림픽 ਸ਼ੁਰੂ ਹੋਈਆਂ ਉਦੋਂ ਹੀ ਡੈਨਿਸ਼ ਸਪੋਰਟਸ ਫੈਡਰੇਸ਼ਨ ਆ ਜਿਹੜੀ ਡੈਨਮਾਰਕ ਦੇ ਵਿੱਚ ਉਹ ਸ਼ੁਰੂ ਕੀਤੀ ਗਈ ਸਮੇ ਲੱਗੀ ਵੀ ਇਹ ਤੁਹਾਨੂੰ ਪੜਨਾ ਪੈਣਾ ਹੈ ਧਿਆਨ ਨਾਲ ਪੜਨਾ ਪੈਣਾ ਹੈ ਇੱਕ ਵਾਰੀ ਘਰੇ ਜਾ ਕੇ ਫਿਰ ਵੀ ਪੜਨਾ ਪਏਗਾ ਠੀਕ ਹੈ ਬਈ ਨੈਕਸਟ ਆ ਗਿਆ ਵੀ ਇੰਡੀਆ ਹੁਣ ਇੰਡੀਆ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਮਹੱਤਵਾ ਜਿਹੜਾ ਉਹ ਕੀ ਹੈ ਠੀਕ ਆ ਭਾਰਤ ਦੀ ਗੱਲ ਆ ਗਈ ਇੰਡਸ ਵੈਲੀ 3250 ਤੋਂ 2500 ਬੀਸੀ ਬੀਸੀ ਮੀਨਸ ਬਿਫੋਰ ਡੈਥ ਆਫ ਕ੍ਰਾਈਸਟ ਏਡੀ ਆਫਟਰ ਡੈਥ ਆਫ ਕ੍ਰਾਈਸਟ ਜੀਜ਼ਸ ਕ੍ਰਾਈਸਟ ਵੈਦਿਕ ਪੀਰੀਅਡ ਆ ਗਿਆ ਬਈ 2500 BC ਤੋਂ 600 BC ਤੱਕ ਠੀਕ ਹੈ ਇਹ ਤੁਹਾਨੂੰ ਬਹੁਤ इजीली ਮਿਲ ਜਾਣਾ अर्ली ਹਿੰਦੂ ਪੀਰੀਅਡ ਆ ਗਿਆ 600 BC ਤੋਂ 320 BC ਤੱਕ ਮੀਡੀਵਲ ਪੀਰੀਅਡ ਆ ਗਿਆ ਬਈ 1000 AD ਤੋਂ 1857 AD ਮੱਧ ਕਾਲ ਵੀ ਬੋਲ ਦਿੰਦੇ ਆਪਾਂ ਇਹਨੂੰ ਹੁਣ ਇੰਡਸ ਵੈਲੀ ਦੇ ਵਿੱਚ ਕੀ ਸੀਗਾ ਬਈ ਇੰਡਸ ਵੈਲੀ ਜਿਹੜੀ ਸਿੱਧੂ ਘਾਟੀ ਦੀ ਸਭਿਤਾ ਸੀ ਸਿੰਧੂ ਘਾਟੀ ਦੀ ਸਭਿਤਾ ਸੀ ਇਹਦੇ ਵਿੱਚ ਕੀ ਸੀ ਡਾਂਸਿੰਗ ਨਾਚ ਦਾ ਬਹੁਤ ਸ਼ੌਂਕ ਸੀਗਾ ਇਹ ਲੋਕਾਂ ਨੂੰ ਠੀਕ ਆ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਜਰੂਰ ਕਰ ਦਿਓ ਬਹੁਤ ਇੰਪੋਰਟੈਂਟ ਟਾਪਿਕ ਇੰਡਸ ਵੈਲੀ ਸਿਵਿলাইゼਸ਼ਨ ਸਿੰਧੂ ਘਾਟੀ ਦੀ ਸਭਿਤਾ ਵਿੱਚ ਡਾਂਸਿੰਗ ਨਾਚ ਦਾ ਬਹੁਤ ਸ਼ੌਂਕ ਸੀ ਵੈਦਿਕ ਦੇ ਦੋ ਪੀਰੀਅਡ ਦੇ ਵਿੱਚ ਸੂਰਿਆ ਨਮਸਕਾਰ ਤੇ ਗੁਰੂਕੁਲਸ ਗੁਰੂਕੁਲ ਸੀ ਸੂਰਿਆ ਨਮਸਕਾਰ ਰਿਲੇਟਡ ਵਿਦ ਯੋਗਾ ਠੀਕ ਹੈ ਹਿੰਦੂ ਪੇਡ ਦੇ ਵਿੱਚ ਕੀ ਸੀਗਾ ਡਰਾਮਾ ਤੇ ਡਾਂਸ ਡਾਂਸ ਤੇ ਡਰਾਮਾ ਬਹੁਤ ਹੁੰਦਾ ਸੀ ਮੀਡੀਵਲ ਪੀਰੀਅਡ ਦੇ ਵਿੱਚ ਮੱਧਕਾਲ ਦੇ ਵਿੱਚ ਆਰਚਰੀ ਤੀਰ ਅੰਦਾਜ਼ੀ ਸ਼ੁਰੂਆਤ ਹੋ ਗਈ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਇਆ ਗਿਆ ਆਈ ਹੋਪ ਯੂ ਅੰਡਰਸਟੈਂਡ ਸਮਝ ਲੱਗ ਗਈ ਆ ਬਈ ਸਾਰਿਆਂ ਨੂੰ ਠੀਕ ਹੈ ਬਈ ਨੈਕਸਟ ਹੈ ਚੋਗਾਂ ਤੇ ਚੋਪਰ ਐਂਡ ਪੈਚੇਸ ਵਾਸ ਫੇਮਸ ਮੋਗਲ ਪੀਰੀਅਡ ਮੋਗਲ ਪੀਰੀਅਡ ਦੇ ਵਿੱਚ ਕੀ ਸੀਗਾ ਚੋਗਾਂ ਸੀਗਾ ਚੋਪਰ ਸੀਗੇ ਜਿੱਦਾ ਉਹ ਉਹ ਇੱਕ ਕੱਪੜੇ ਦੇ ਟੁਕੜੇ ਦੇ ਉੱਪਰ ਛੱਟਦੇ ਸੀਗੇ ਸਾਰਾ ਠੀਕ ਹੈ ਜੀ ਉਹ ਸਾਰਾ ਕੁਝ ਰਾਜਪੂਤ ਪੀਰੀਅਡ ਇਜ਼ অলਸੋ नोन एज ਜੁਵੈਰਲੀ ਜੁਵੈਰਲੀ ਪੀਰੀਅਡ ਵੀ ਇਹਨੂੰ ਬੋਲ ਦਿੰਨੇ ਆ ਵੈਰੀ ਵੈਰੀ ਇੰਪੋਰਟੈਂਟ ਹੁਣ ਤੁਹਾਡਾ ਨੋਟ ਕਰਨ ਦਾ ਸਮਾਂ ਆ ਗਿਆ 1844 ਵਾਈ ਐਮ ਸੀ ਏ ਅਸਟੈਬਲਿਸ਼ਡ ਐਟ ਇੰਟਰਨੈਸ਼ਨਲ ਲੈਵਲ 6th ਜੂਨ 1844 ਬਾਈ ਸਰਜ ਜਾਰਜ ਵਿਲੀਅਮ 1844 ਦੇ ਵਿੱਚ ਵਾਈ ਐਮ ਸੀ ਏ ਯੰਗ ਮੈਨ ਕ੍ਰਿਸਚੀਅਨ ਐਸੋਸੀਏਸ਼ਨ ਨੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਹੋਂਦ ਦੇ ਵਿੱਚ ਆਈ ਸੀਗੀ ਯੰਗ ਮੈਨ ਕ੍ਰਿਸਚਨ ਐਸੋਸੀਏਸ਼ਨ 1844 1870 ਦੇ ਵਿੱਚ ਇੰਡੀਅਨ ਐਜੂਕੇਸ਼ਨ ਸਿਸਟਮ ਇੰਡੀਆ ਦਾ ਐਜੂਕੇਸ਼ਨ ਸਿਸਟਮ ਹੋਣ ਦੇ ਵਿੱਚ ਆਇਆ ਸੀ ਤੇ 1909 ਦੇ ਵਿੱਚ ਫਰਸਟ ਸਕਾਊਟ ਟ੍ਰੂਪ ਫਰਸਟ ਸਕਾਊਟ ਟ੍ਰੂਪ ਲੱਗਿਆ ਸੀਗਾ ਬਈ 1914 ਦੇ ਵਿੱਚ ਬਹੁਤ ਵਧੀਆ ਜਾਣਕਾਰੀ ਆ ਲੈਕਚਰ ਨੂੰ ਸ਼ੇਅਰ ਜ਼ਰੂਰ ਕਰ ਦਿਓ 1914 ਦੇ ਵਿੱਚ ਸਾਨੂੰ ਮਾਨ ਵਿਆਮ ਪ੍ਰਸ਼ਾਸਕ ਮੰਡਲ ਅਮਰਾਵਤੀ ਵਿਦਿਆ ਬ੍ਰਦਰਸ 1914 ਦੇ ਵਿੱਚ 1916 ਦੇ ਵਿੱਚ ਸਕਾਊਟ ਐਸੋਸੀਏਸ਼ਨ ਬਾਏ ਡਾਕਟਰ ਐਨੀ ਬੇਸੈਂਟ ਡਾਕਟਰ ਐਨੀ ਬੇਸੈਂਟ ਦੁਆਰਾ 1916 ਦੇ ਵਿੱਚ ਸਕਾਊਟ ਐਸੋਸੀਏਸ਼ਨ ਇੰਡੀਆ ਦੇ ਵਿੱਚ ਬਣਾਈ ਗਈ ਸੀ 1924 ਦੇ ਵਿੱਚ ਹਨੂਮਾਨ ਵਿਆਮ ਸਟਾਰਟਡ 5 ਵੀਕਸ ਸਮਰ ਕੋਰਸ 5 ویک ਦਾ ਸਮਰ ਕੋਰਸ ਸ਼ੁਰੂ ਕੀਤਾ ਸੀ 1924 ਦੇ ਵਿੱਚ ਤੇ 1920 ਦੇ ਵਿੱਚ ਵੈਰੀ ਇੰਪੋਰਟੈਂਟ ਵਾਈ ਐਮ ਸੀ ਐ ਕਾਲਜ ਆਫ ਮਦਰਾਸ ਫਾਊਂਡੇਡਡ ਬਾਈ ਐਚ ਸੀ ਬੱਕ ਵਾਈ ਐਮ ਸੀ ਐ ਗਾਟ ਆਟੋਨੋਮਸ ਕਾਲਜ ਸਟੇਟਸ 1986 ਤੇ 1986 ਦੇ ਵਿੱਚ ਆਟੋਨੋਮਸ ਕਾਲਜ ਬਣ ਗਿਆ ਸੀ ਸਮੇਂ ਲੱਗੀ ਬਈ ਇਹ ਬਹੁਤ ਵਧੀਆ ਤੁਹਾਨੂੰ ਜਿਹੜੀ ਸਲਾਈਡ ਆਏ ਆਗੀ ਅਗੇ ਇਸ ਤੋਂ ਵੀ ਮਹੱਤਵਪੂਰਨ ਹੈ ਬਈ 1925 ਦੇ ਵਿੱਚ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਬਣਿਆ 1927 ਦੇ ਵਿੱਚ ਇੰਡੀਅਨ 올림픽 ਐਸੋਸੀਏਸ਼ਨ ਬਣੀ ਬਈ 1931 ਦੇ ਵਿੱਚ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਹਾਈਦਰਾਬਾਦ ਬਣਿਆ ਠੀਕ ਆ ਜਲਦੀ ਤੋਂ ਜਲਦੀ ਜਿਹੜੀ ਵਧੀਆ ਜਾਣਕਾਰੀ ਤੁਹਾਨੂੰ ਦਿੱਤੀ ਜਾ ਰਹੀ ਆ 1932 ਦੇ ਵਿੱਚ ਕੀ ਹੋਇਆ ਬਈ 크੍ਰਿਸਚਨ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਲਖਨਊ ਬਣਿਆ ਠੀਕ ਆ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਕਲਕੱਤਾ ਬਣਿਆ ਟੀਚਰ ਟ੍ਰੇਨਿੰਗ ਕਾਲਜ ਵਾਸ ਐਸਟੈਬਲਿਸ਼ਡ ਇਨ ਚਨਈ ਚਨਈ ਦੇ ਵਿੱਚ ਟੀਚਰ ਟ੍ਰੇਨਿੰਗ ਕਾਲਜ ਸ਼ੁਰੂ ਕੀਤਾ ਗਿਆ 1932 ਦੇ ਵਿੱਚ ਕਿੰਨੇ ਕੁਐਸਚਨ ਕਿਵੇਂ ਕਵਰ ਹੋ ਰਹੇ ਆ ਬਈ ਮਾਸਟਰ ਕੈਡਰ ਦੀ ਬਹੁਤ ਹੀ ਵਧੀਆ ਤਿਆਰੀ ਸਕਾਈਲਾਈਟ ਅਕੈਡਮੀ ਆਵਰ ਵੱਲੋਂ ਕਰਾਈ ਜਾ ਰਹੀ ਆ ਬਹੁਤ ਹੀ ਡੀਪ ਸਿਲੇਬਸ ਦੇ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਜੁਆਇਨ ਕਰ ਲਓ ਬਈ ਆਪਾਂ ਕੀ ਕਰਦੇ ਆ ਜਦੋਂ ਨੋਟੀਫਿਕੇਸ਼ਨ ਆਉਂਦਾ ਆਪਾਂ ਉਦੋਂ ਜੁਆਇਨ ਕਰਦੇ ਆ ਠੀਕ ਆ ਉਦੋਂ ਆਪਣੀ ਜਿਹੜੀ ਤਿਆਰੀ ਉਹ ਘੱਟ ਰਹਿ ਜਾਂਦੀ ਆ ਇਸ ਵਾਸਤੇ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿਓ 1936 ਐਚ ਵੀ ਪੀ ਐਮ ਟੀਮ ਗੇਵ ਡੈਮੋਨਸਟ੍ਰੇਸ਼ਨ 올림픽 ਗੇਮਸ ਜਿਹੜਾ ਹਨੁਮਾਨ ਵਿਆਮ ਪ੍ਰਸ਼ਾਸਕ ਮੰਡਲ ਹੈਗਾ ਉਹਨਾਂ ਨੇ ਡੈਮੋਨਸਟ੍ਰੇਟ ਕੀਤਾ ਸੀਗਾ ਵੀ 올림픽ਸ ਗੇਮ ਨੂੰ 1938 ਦੇ ਵਿੱਚ ਟ੍ਰੇਨਿੰਗ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਕੰਧਾ ਵਾਲੀ ਮੁੰਬਈ ਜਿੱਥੇ ਐਨਆਈਐਸ ਹੁੰਦੀ ਹੈ 1938 ਦੇ ਵਿੱਚ ਉਹਦੀ ਸ਼ੁਰੂਆਤ ਹੋਈ 1945 ਦੇ ਵਿੱਚ ਆਲ ਇੰਡੀਆ ਸਰਵਿਸ ਸਪੋਰਟਸ ਕੰਟਰੋਲ ਬੋਰਡ ਦੀ ਸਥਾਪਨਾ ਹੋਈ 1948 ਦੇ ਵਿੱਚ ਹਰਪ੍ਰੀਤ ਸਿੰਘ ਜੀ ਥੈਂਕ ਯੂ ਵੈਰੀ ਮੱਚ ਤੇ ਤੁਸੀਂ ਸੁਣ ਲੋ ਜਿਆਦਾ ਲਾਈਵ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਈ 1946 ਦੇ ਵਿੱਚ نیشنل ਐਸੋਸੀਏਸ਼ਨ ਆਫ ਫਿਜ਼ੀਕਲ এডਿਕੇਸ਼ਨ ਰੀਕ੍ਰੀਏਸ਼ਨ ਆਫਾਊਂਡਡ ਠੀਕ ਆ ਫਿਜ਼ੀਕਲ এডਿਕੇਸ਼ਨ ਤੇ ਰੀਕ੍ਰੀਏਸ਼ਨ ਆਫਾਊਂਡ ਦੇ ਵਿੱਚ ਆਇਆ 1946 ਦੇ ਵਿੱਚ ਚਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਜਰੂਰ ਕਰ ਦਿਓ 1948 ਦੇ ਵਿੱਚ ਨੈਸ਼ਨਲ ਕੈਂਡੀਡੇਟ ਕੋਰਪ ਨਸੀਸੀ ਮੋਟੋ ਕੀ ਸੀਗਾ ਯੂਨਿਟੀ ਐਂਡ ਡਿਸਪਲਨ ਮੋਟੋ سٹਾਰਟਡ ਇਨ 1980 ਜਿਹੜਾ ਮੋਟੋ ਸੀਗਾ 1980 ਦੇ ਵਿੱਚ ਸਟਾਰਟ ਕੀਤਾ ਗਿਆ ਐਨਸੀਸੀ ਦਾ ਤੇ ਡਾਕਟਰ ਤਾਰਾ ਚੰਦ ਕਮੇਟੀ ਡਾਕਟਰ ਤਾਰਾ ਚੰਦ ਕਮੇਟੀ ਆ ਜਿਹੜੀ ਉਹ ਵੀ 1948 ਦੇ ਵਿੱਚ ਹੋਣ ਦੇ ਵਿੱਚ ਆਈ 1949 ਦੇ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਸਪੋਰਟਸ ਫੈਡਰੇਸ਼ਨ ਦੀ ਸਥਾਪਨਾ ਹੋਈ ਐਫਆਈਐਸਯੂ ਦੀ ਸਥਾਪਨਾ ਹੋਈ ਹੈ ਬਈ ਠੀਕ ਹੈ ਬਈ ਬਹੁਤ ਵਧੀਆ ਜਾਣਕਾਰੀ ਤੁਹਾਡੇ ਲਈ ਇਕੱਠੀ ਕਰਕੇ ਲਿਆਏ ਆ ਬਈ ਅਗੇ ਹੋਰ ਵੀ ਆ ਗਈ ਧਿਆਨ ਨਾਲ ਸੁਣ ਲਿਓ ਸ਼ੇਅਰ ਕਰ ਦਿਓ ਬਹੁਤ ਵਧੀਆ ਤਿਆਰੀ ਕਰਨੀ ਐ ਕਿ ਮੈਕਸਿਮਮ ਬੰਦੇ ਮੈਕਸਿਮਮ ਬੱਚੇ ਆਪਾਂ ਮਾਸਟਰ ਕੈਡਰ ਸਿਲੈਕਟ ਕਰਾਉਣੇ ਆ 1950 ਦੇ <coughs> ਵਿੱਚ 1950 ਚ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਹੋਈ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਦੀ ਸਥਾਪਨਾ ਹੋਈ ਭਾਰਤ ਸਕਾਉਟ ਦੀ ਸਥਾਪਨਾ ਹੋਈ 1950 ਦੇ ਵਿੱਚ 1953 ਦੇ ਵਿੱਚ ਰਾਜਕੁਮਾਰੀ ਅੰਮ੍ਰਿਤਕੌਰ ਕੋਚਿੰਗ ਸਕੀਮ ਸਟਾਰਟ ਹੋਈ ਬਈ ਸ਼ੀ ਅਪੁਆਇੰਟ ਦਾ ਫਰਸਟ ਹੈਲਥ ਮਿਨਿਸਟਰ ਆਫ ਇੰਡੀਆ ਇਹਨਾਂ ਨੂੰ ਪਹਿਲੀ ਹੈਲਥ ਮਿਨਿਸਟਰ ਆਫ ਇੰਡੀਆ ਬਣਾਇਆ ਗਿਆ ਸ਼ੀ ਆਵਾਜ਼ ਦਾ ਟੈਨਿਸ ਪਲੇਅਰ ਇੱਕ ਟੈਨਿਸ ਦੇ ਪਲੇਅਰ ਸੀ ਰਾਜਕੁਮਾਰੀ ਅੰਮ੍ਰਿਤਕੌਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੀ ਸਥਾਪਨਾ ਵੀ 1953 ਦੇ ਵਿੱਚ ਹੋਈ ਨੈਸ਼ਨਲ ਮਲੇਰੀਆ ਪ੍ਰੋਗਰਾਮ ਆ ਜਿਹੜਾ ਐਰਾ ਡੇਟਿੰਗ ਪ੍ਰੋਗਰਾਮ ਦੀ ਸ਼ੁਰੂਆਤ ਵੀ 1953 ਦੇ ਵਿੱਚ ਹੋਈ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਮਹੱਤਵਪੂਰਨ ਜਾਣਕਾਰੀ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ 1954 ਦੇ ਵਿੱਚ ਵੈਰੀ ਇੰਪੋਰਟੈਂਟ ਆਲ ਇੰਡੀਆ ਯੂਨੀਵਰਸਿਟੀ ਗੇਮ AAIU ਦੀ ਸਥਾਪਨਾ ਹੋਈ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ SGFI ਦੀ ਸਥਾਪਨਾ 1954 ਚ ਹੋਈ ਆਲ ਇੰਡੀਆ ਕਾਉਂਸਲ ਆਫ ਸਪੋਰਟਸ AICS ਦੀ ਸਥਾਪਨਾ 1954 ਚ ਹੋਈ ਠੀਕ ਹੈ ਬਈ ਫਸਟ ਫਾਊਂਡਡ ਬਾਈ ਮਲਾਨਾ ਅਬਦੁਲ ਕਲਾਮ ਆਜ਼ਾਦ ਫਸਟ ਚੇਅਰਮੈਨ ਆਫ IICA ਆਲ ਇੰਡੀਆ ਕਾਉਂਸਲ ਆਫ ਸਪੋਰਟਸ ਦੇ ਫਸਟ ਫਸਟ ਚੇਅਰਮੈਨ ਮਲਾਨਾ ਅਬਦੁਲ ਕਲਾਮ ਆਜ਼ਾਦ ਸੀ ਨੈਸ਼ਨਲ ਡਿਸਪਲਿਨ ਸਕੀਮ 1954 ਦੇ ਵਿੱਚ ਹੋਣ ਦੇ ਵਿੱਚ ਆਈ 1956 ਦੇ ਵਿੱਚ ਨੈਸ਼ਨਲ ਪਲਾਨ ਆਫ ਫਿਜ਼ੀਕਲ ਐਜੂਕੇਸ਼ਨ ਨੈਸ਼ਨਲ ਪਲਾਨ ਸੀਗਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਬਣਾਇਆ ਗਿਆ ਨੈਸ਼ਨਲ ਸਿਲੇਬਸ ਆਫ ਫਿਜ਼ੀਕਲ ਐਜੂਕੇਸ਼ਨ ਨੈਪਰ ਇਹਦੀ ਸਥਾਪਨਾ ਹੋਈ ਬਹੁਤ ਵਧੀਆ ਜਾਣਕਾਰੀ ਆ ਬਈ ਕੁੱਜੇ ਦੇ ਵਿੱਚ ਸਮੁੰਦਰ ਭਰਤਾ ਜਿਵੇਂ ਤੁਹਾਨੂੰ ਇੱਕ ਇੱਕ ਡੇਟ ਦੇ ਵਿੱਚ ਪਤਾ ਨਹੀਂ ਕਿੰਨੇ ਕੁਐਸਚਨ ਕਰਾਤੇ ਅੱਗੇ ਆਜੋ ਇਹਦੋਂ ਵੀ ਇੰਪੋਰਟੈਂਟ 1957 ਦੇ ਵਿੱਚ लक्ष्मीबाई कॉलेज ऑफ फिजिकल एजुकेशन एलएनआईपी लक्ष्मीबाई ਜਿਹੜੀ ਅੱਜ ਕੱਲ ਯੂਨੀਵਰਸਿਟੀ ਬਣ ਗਈ ਐਲਐਨਆਈਸੀਪੀ 1957 ਦੇ ਵਿੱਚ ਬਣੀ ਬਈ ਠੀਕ ਹੈ ਬਈ 1958 ਆਜੋ ਐਡ ਹੌਕ ਇਨਕੁਆਇਰੀ ਕਮੇਟੀ ਬਣੀ ਐਡ ਹੌਕ ਐਡ ਹੌਕ ਇਨਕੁਆਇਰੀ ਕਮੇਟੀ ਬਣੀ 1959 ਦੇ ਵਿੱਚ ਨੈਸ਼ਨਲ ਫਿਜ਼ੀਕਲ ਡਰਾਈਵ ਬਣੀ ਬਈ ਐਫੀਸ਼ੀਐਂਸੀ ਡਰਾਈਵ ਕੁੰਜਰੂ ਕਮੇਟੀ ਡਾਕਟਰ ਹਿਰਦੇਨਾਥ ਕੁੰਜਰੂ ਬਾਜ ਫਰਸਟ ਚੇਅਰਮੈਨ ਫਰਸਟ ਚੇਅਰਮੈਨ ਕੌਣ ਸੀ ਰਮੇਸ਼ ਕੁਮਾਰ ਜੀ 5 7 10 ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਣਾ ਨੋਟੀਫਿਕੇਸ਼ਨ ਆ ਜਾਣਾ ਆਈ ਹੋਪ ਸੋ ਸਾਰੀਆਂ ਯੂਨੀయన్స్ ਦੀ ਮੀਟਿੰਗ ਹੋ ਰਹੀ ਆ ਆ ਜਾਣਾ ਤਿਆਰੀ ਸ਼ੁਰੂ ਕਰ ਦਿਓ ਕੁੰਜਰੂ ਕਮੇਟੀ ਦੇ ਹਿਰਦੇਨਾਥ ਕੁੰਜਰੂ ਬਾਜ ਫਰਸਟ ਚੇਅਰਮੈਨ ਸੀ ਠੀਕ ਹੈ 1960 ਦੇ ਵਿੱਚ ਕਾਲਕਪੂਰ ਕਮੇਟੀ ਠੀਕ ਹੈ ਬਈ 1961 ਦੇ ਵਿੱਚ نیشنل ਇੰਸਟੀਚਿਊਟ ਆਫ ਸਪੋਰਟਸ ਐਨ ਆਈਐਸ ਠੀਕ ਹੈ ਬਈ ਐਨ ਆਈਐਸ ਉਸ ਤੋਂ ਬਾਅਦ 1963 ਦੇ ਵਿੱਚ ਡਾਕਟਰ ਸੀ ਡੀ ਦੇਸ਼ਮੁਖ ਕਮੇਟੀ ਅਪਲਾਈਡ ਨਿਊਟ੍ਰੀਸ਼ਨ ਪ੍ਰੋਗਰਾਮ ਵੈਰੀ ਗੁੱਡ ਈਵਨਿੰਗ ਜੀ ਉਸ ਤੋਂ ਬਾਅਦ 1964 ਦੇ ਵਿੱਚ ਕੁਠਾਰੀ ਕਮਿਸ਼ਨ 14 ਜੁਲਾਈ 1965 ਦੇ ਵਿੱਚ ਨੈਸ਼ਨਲ ਫਿਟਨੈਸ ਕ੍ਰੋਪਸ ਠੀਕ ਹੈ ਬਈ ਇੰਟਰਨੈਸ਼ਨਲ ਸੁਸਾਇਟੀ ਆਫ ਸਪੋਰਟਸ ਸਾਈਕੋਲੋਜੀ 1965 ਦੇ ਵਿੱਚ ਸਟਾਰਟ ਹੋਈ 1969 ਦੇ ਵਿੱਚ ਨੈਸ਼ਨਲ ਸਰਵਿਸ ਸਕੀਮ ਐਨ ਐਸ ਐਸ ਐਨ ਐਸ ਐਸ ਨੇ ਕੈਂਪ ਬਹੁਤ ਲਾਏ ਹੋਣੇ ਆ ਵੀ ਸਾਰਿਆਂ ਨੇ 1961 ਦੇ ਵਿੱਚ ਹਰਪ੍ਰੀਤ ਸਿੰਘ ਜੀ ਅਰਜੁਨਾ ਵਾਰਡ ਓਕੇ ਜੀ 1970 ਅਵਾਰਡ ਦੇ ਉੱਤੇ ਆਪਾਂ ਬਾਅਦ ਚ ਗੱਲ ਕਰਾਂਗੇ ਇਹ ਹਿਸਟਰੀ ਦੀ ਗੱਲ ਆ ਹਰਪ੍ਰੀਤ ਸਿੰਘ ਜੀ ਉਹ ਵੀ ਮੈਂ ਤੁਹਾਨੂੰ ਡੀਪ ਕਰਾਉਂਗਾ 1970 71 ਦੇ ਵਿੱਚ ਸਪੋਰਟਸ ਟੈਲੈਂਟ ਸਰਚ ਸਕਾਲਰਸ਼ਿਪ ਸਕੀਮ ਰੂਲਰ ਸਪੋਰਟਸ ਪ੍ਰੋਗਰਾਮ ਇਹਨਾਂ ਦੀ ਸ਼ੁਰੂਆਤ ਹੋਈ ਠੀਕ ਹੈ ਬਈ ਜਿਹੜਾ ਅੱਜ ਵਾਲਾ ਆਪਣਾ ਲੈਕਚਰ ਸੀਗਾ ਇੱਥੇ ਸਮਾਪਤ ਹੁੰਦਾ ਹੈ ਬਈ ਲੈਕਚਰ ਤੁਹਾਨੂੰ ਕਿਵੇਂ ਲੱਗਿਆ ਸਾਰਿਆਂ ਨੇ ਆਪਦੀ ਫੀਡਬੈਕ ਦੇਣੀ ਮੈਂ ਆਪਦੀ ਪੂਰੀ એનર્ਜੀ ਲਾ ਚੁੱਕਿਆ ਕਿਉਂਕਿ ਮੈਨੂੰ ਮੈਕਸਿਮਮ ਜਿਹੜੀ ਪਲੇਸਮੈਂਟ ਚਾਹੀਦੀ ਆ ਮਾਸਟਰ ਕੈਡਰ ਦੇ ਵਿੱਚ ਆਈ ਹੋਪ ਸੋ ਤੁਹਾਡੇ ਸਾਥ ਦੇ ਨਾਲ ਸਾਰਾ ਕੁਝ ਸੰਭਵ ਆ ਤੇ ਸਕਾਈਲਾਈਟ ਅਕੈਡਮੀ ਪਹਿਲਾਂ ਵੀ ਤੁਹਾਡੇ ਨਾਲ ਖੜੀ ਸੀ ਤੇ ਅੱਜ ਵੀ ਤੁਹਾਡੇ ਨਾਲ ਆ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਆਪਾਂ ਸਾਰੀ ਹਿਸਟਰੀ ਦੀ ਗੱਲ ਕਰ ਲਈ ਬਾਏ ਇਅਰ ਗੱਲ ਕਰ ਲਈ 스웨덴 ਡੈਨਮਾਰਕ ਦੀ ਗੱਲ ਕਰ ਲਈ ਜਰਮਨ ਗ੍ਰੀਕ ਦੀ ਗੱਲ ਕਰ ਲਈ ਆਈ ਹੋਪ ਯੂ ਅੰਡਰਸਟੈਂਡ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ ਤੇ ਸਾਰੇ ਬੱਚੇ ਵਧੀਆ ਵਧੀਆ ਜਿਹੜੇ ਕਮੈਂਟ ਆਪਦੇ ਤੁਸੀਂ ਦੇ ਸਕਦੇ ਹੋ ਪੀਟੀਆਈ ਦੀਆਂ ਪੋਸਟਾਂ ਹੀ ਆਉਣਗੀਆਂ ਜੀ ਪਹਿਲਾਂ ਪੀਟੀਆਈ ਦੀਆਂ ਪੋਸਟਾਂ ਆਉਣਗੀਆਂ ਠੀਕ ਹੈ ਜੀ ਤੇ ਵਧੀਆ-ਵਧੀਆ ਕਮੈਂਟ ਕਰਕੇ ਤੁਸੀਂ ਆਪਦੀ ਫੀਡਬੈਕ ਦੇ ਸਕਦੇ ਹੋ ਲੈਕਚਰ ਕਿਵੇਂ ਲੱਗਿਆ ਇਹ ਵੀ ਤੁਸੀਂ ਦੱਸ ਸਕਦੇ ਹੋ ਤੇ ਪੀਡੀਐਫਸ ਤੁਹਾਨੂੰ ਮਿਲ ਜੇਗੀ ਤੇ ਆਪਣੇ পেইਡ ਕੋਰਸੇ ਵੀ ਸਟਾਰਟ ਮਾਸਟਰ ਕੈਡਰ ਲਈ ਪੀਟੀਆਈ ਲਈ ਸਪੈਸ਼ਲ ਠੀਕ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਥੈਂਕ ਯੂ ਵੈਰੀ ਵੈਰੀ ਮੱਚ